ਉਹਨਾਂ ਨੇ ਮੈਨੂੰ ਕਿਹਾ ਨਹੀਂ ਪਾਜੀ ਆਪਾਂ ਚਲਾਂਗੇ ਇੱਕਦਮ ਆਪਾਂ ਉਸ ਨਾਲਕੇ ਦਾ ਪਾਣੀ ਲਿਆ ਕੇ ਤੁਹਾਡੀ ਮਾਤਾ ਨੂੰ ਪਲਾਉਣਾ ਜ਼ਰੂਰ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਗਤਾਰ ਅੱਜ ਪੰਜਾਬੀ ਪੋਡਕਾਸਟ ਦੇ ਵਿੱਚ ਸਾਡੇ ਨਾਲ ਬਹੁਤ ਹੀ ਸਪੈਸ਼ਲ ਇੱਕ ਬਹੁਤ ਹੀ ਖਾਸ ਮਹਿਮਾਨ ਆਏ ਨੇ ਸਾਡੇ ਮਾਲਪੁਰ ਦੇ ਸਾਡੇ ਪਿੰਡੂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਉਹ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਨੇ ਤੇ ਉਹ ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਤੇ ਉੱਥੇ ਦੀ ਜਿਹੜੀ ਲੋਕਲ ਭਾਸ਼ਾ ਉਹਦਾ ਵੀ ਉਹਨਾਂ ਨੂੰ ਬੜਾ ਗਿਆਨ ਆ ਤੇ ਪੰਜਾਬੀ ਦੇ ਬਹੁਤ ਸਾਰੇ ਸਾਹਿਤਕਾਰਾਂ ਦੇ ਨਾਲ ਗਾਇਕਾਂ ਦੇ ਨਾਲ ਰਾਗੀਆਂ ਦੇ ਨਾਲ ਢਾਡੀਆਂ ਦੇ ਨਾਲ ਉਹਨਾਂ ਦਾ ਉੱਠਣਾ ਬੈਠਣਾ ਤੇ ਅੱਜ ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਆਂ ਪਰਮਿੰਦਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸੰਤਾਰਪਾ ਜੀ ਬੜੀ ਮਿਹਰਬਾਨੀ ਸਾਂਝੀ ਮਿੱਟੀ ਦੇ ਬੂਟੇ ਆ ਅਸੀਂ ਦੋਨੇ ਹੀ ਹਾਂਜੀ ਹਾਂਜੀ ਬਹੁਤ ਖੁਸ਼ੀ ਹੋ ਰਹੀ ਭਾਵੇਂ ਸਾਰੀ ਦੁਨੀਆ ਸਾਡਾ ਵੇੜਾ ਵੈਸੇ ਤਾਂ ਲੇਕਿਨ ਬਹੁਤ ਖੁਸ਼ੀ ਹੋ ਰਹੀ ਆ ਕਿ ਭਾਰਤੀ ਦੇ ਦੂਜੇ ਪਾਸੇ ਤੁਸੀਂ ਬੈਠੇ ਆ ਤੇ ਮੈਂ ਇਧਰਲੇ ਪਾਸੇ ਬੈਠਾ ਦੂਜੇ ਐਂਡ ਤੇ ਤੁਹਾਡੀਆਂ ਅਚੀਵਮੈਂਟਸ ਬਹੁਤ ਆ ਪਰਮਿੰਦਰ ਜੀ ਤੇ ਇੱਕ ਨਾ ਜਿਹੜਾ ਆਪਣੀ ਤੁਹਾਡਾ ਇੱਥੇ ਦੀ ਮੌਰੀ ਭਾਸ਼ਾ ਆ ਉਹਦੇ ਵਿੱਚ ਮੇਰਾ ਖਿਆਲ ਤੁਸੀਂ ਪਹਿਲੇ ਪੰਜਾਬੀ ਹੋਣੇ ਆ ਜਿਨ੍ਹਾਂ ਨੇ ਉਹਦੇ ਉੱਤੇ ਮੁਹਾਰਤ ਹਾਸਲ ਕੀਤੀ ਜੀ ਬਿਲਕੁਲ ਤੁਹਾਡੀ ਗੱਲ ਠੀਕ ਆ ਤੇ ਇਹ ਇਹ ਭਾਸ਼ਾ ਬਾਰੇ ਮੜਾ ਜ ਦੱਸੋ ਜਿੱਦਾਂ ਆਪਾਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਮੇਰਾ ਖਿਆਲ ਸ਼ਾਇਦ ਸਰਤਾਜ ਹੁਣਾਂ ਦੀ ਪੋਡਕਾਸਟ ਤੇ ਵਿੱਚ ਜੀ ਕਿ ਜਦੋਂ ਪਛਾਵਾਵਾਂ ਹੁੰਦੀਆਂ ਕੋਈ ਹੁੰਦੀ ਹੈਗੀ ਆ ਭਈ ਸਬਜੈਕਟ ਮੋਰਿਆਂ ਦਾ ਫਿਰ ਆਬਜੈਕਟ ਫਿਰ ਵਰਬ ਕੋਈ ਹੁੰਦਾ ਆ ਮੋਰੇ ਆਬਜੈਕਟਾਂ ਦਾ ਫਿਰ ਸਬਜੈਕਟ ਫਿਰ ਵਰਬ ਇਹ ਇਹਦਾ ਕਿਦਾਂ ਵਾਕ ਬਣਦਾ ਇਹਦਾ ਵਰਬ ਪਹਿਲਾਂ ਆਉਂਦਾ ਜੀ ਇਹ ਇਹ ਭਾਸ਼ਾ ਦੁਨੀਆ ਦੀਆਂ ਪਹਿਲੀਆਂ 8 ਔਖੀਆਂ ਪਛਾਵਾਵਾਂ ਵਿੱਚੋਂ ਇੱਕ ਆ ਜਿਹੜੇ ਮੂਲ ਨਿਵਾਸੀ ਮੌਰੀਆ ਜੀ ਉਹਨਾਂ ਦੇ ਅਲੱਗ-ਅਲੱਗ ਟ੍ਰਾਈਬਸ ਨੇ ਜੀ ਕਬੀਲੇ ਨੇ ਉਹਨਾਂ ਵਿੱਚੋਂ ਕੁਝ ਇੱਕ ਕਬੀਲਿਆਂ ਦਾ ਸੰਕਤਾਰ ਜੀ ਇਹ ਮੰਨਣਾ ਆ ਵੀ ਉਹ ਵਡੇਰੇ ਜਿਹੜੇ ਉਹਨਾਂ ਦੇ ਪੁਰਖੇ ਸੀ ਉਹ ਇੰਡੀਆ ਤੋਂ ਹੀ ਉੱਠ ਕੇ ਗਏ ਆ ਜਿਵੇਂ ਤੁਸੀਂ ਨਕਸ਼ੇ ਜੋੜਦੇ ਹੋ ਬਹੁਤ ਸਾਰੇ ਲੋਕ ਇਹ ਯਕੀਨ ਰੱਖਦੇ ਆ ਕਿ ਆਸਟ੍ਰੇਲੀਆ ਕਿਸੇ ਟਾਈਮ ਭਾਰਤ ਦਾ ਹਿੱਸਾ ਸੀ ਜੇ ਤੁਸੀਂ ਥਲੜੇ ਜੇ ਆਪਸੇ ਉਹ ਚਨਈ ਵਾਲੇ ਪਾਸੇ ਉਹਨੂੰ ਜੋੜ ਕੇ ਦੇਖਦੇ ਹੋ ਹਾਂਜੀ ਹਾਂਜੀ ਸੋ ਭੂਗੋਲਕ ਸਥਿਤੀਆਂ ਵੀ ਇਹ ਕੁਝ ਹੱਦ ਤੱਕ ਸਿੱਧ ਕਰਦੀਆਂ ਵੀ ਕੁਝ ਕਬੀਲੇ ਜਿਹੜੇ ਆ ਇਹਨਾਂ ਦੇ ਇੰਡੀਆ ਤੋਂ ਉੱਠ ਕੇ ਆਏ ਆ ਤੇ ਇਹ ਖੁਦ ਵੀ ਇਹਨਾਂ ਨੇ ਸ਼ੁਰੂਆਤੀ ਦੌਰ ਚ ਜਿਹੜੇ ਸਾਡੇ ਵਡੇਰੇ ਆਏ ਸੀ ਜੀ ਉਹਨਾਂ ਨਾਲ ਇਹਨਾਂ ਦੀ ਸਾਹਜ ਬਹੁਤ ਰਹੀ। ਸੋ ਅਸੀਂ ਇਹਨਾਂ ਨੂੰ ਤਾਏ ਦੇ ਪੁੱਤ ਹੀ ਮੰਨਦੇ ਆ ਜੀ ਵੈਸੇ ਨਾਲੇ ਉਦੋਂ ਸਾਂਝਾ ਦੁਸ਼ਮਣ ਗੋਰੇ ਵੀ ਸੀਗੇ ਨਾ ਸਾਂਝੇ ਦੁਸ਼ਮਣ। ਤੁਸੀਂ ਬਿਲਕੁਲ ਤੁਸੀਂ ਬਿਲਕੁਲ ਨਾ ਤਰ ਤਰ ਮੈਂ ਕਹਿਣ ਹੀ ਲੱਗਾ ਸੀ ਤੇ ਹੋਇਆ ਇਦਾਂ ਹੀ ਹਸਲ ਦੇ ਵਿੱਚ ਕਿਉਂਕਿ ਸਾਡੀ ਜਿਹੜੀ ਜ਼ਮੀਨ ਦੀ ਮਲਕੀਅਤ ਸੀ ਨਾ ਜੀ ਉਹ ਸਾਨੂੰ ਬਹੁਤ ਲੇਟ ਮਿਲਣ ਲੱਗੀ ਆ ਔਰ ਉਦੋਂ ਸਾਡੀ ਫਿਰ ਮਦਦ ਜਿਹੜੀ ਆ ਉਹ ਸਾਡੇ ਮੌਰੀ ਜਿਹੜੇ ਚਚੇਰੇ ਭਰਾ ਸੀ ਸਮਝ ਲਓ ਜਾਂ ਤਾਏ ਦੇ ਪੁੱਤ ਸੀ ਇਹਨਾਂ ਨੇ ਬਹੁਤ ਕੀਤੀ ਜੀ ਮਦਦ ਸਾਡੀ ਹਾਂ ਹਾਂ ਪਰ ਇਹ ਜਿਹੜਾ ਭਾਸ਼ਾ ਆ ਇਹ ਭਾਸ਼ਾ ਵਿੱਚ ਮੈਨੂੰ ਮੜਾ ਜਾ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਤੁਹਾਨੂੰ ਇਹਦੇ ਵਿੱਚ ਕਿੱਦਾਂ ਇੰਟਰਸਟ ਹੋਇਆ ਇਦਾਂ ਹੋਇਆ ਇਦਾਂ ਦੀ ਸਾਡੇ ਇੱਥੇ ਨਾ ਬਰਾਬਰ ਮਾਨ ਸਤਿਕਾਰ ਦਿੱਤਾ ਜਾਂਦਾ ਜਿਹੜੀ ਟ੍ਰੀਟੀ ਆਫ ਵਾਈਟਾਂਗੀ ਸੀ ਹਾਂਜੀ ਇਹਦੇ ਵਿੱਚ ਇਹ ਸਾਰਾ ਦਰਜ ਸੀ ਕਿ ਸਮੁੰਦਰੀ ਤੱਟਾਂ ਤੋਂ ਲੈ ਕੇ ਕੁਦਰਤੀ ਵਸੀਲਿਆਂ ਦੇ ਉੱਤੇ ਜਿਹੜਾ ਕਬਜ਼ਾ ਆ ਉਹ ਬਹੁਤ ਗਿਣੇ ਮਿੱਥੇ ਤਰੀਕੇ ਦੇ ਨਾਲ ਸੰਧੀ ਦੇ ਮਤਾਬਕ ਹੋਣਾ ਉਹਨੂੰ ਟ੍ਰੀਟੀ ਆਫ ਵਾਇਟਾਂਗੀ ਕਿਹਾ ਜਾਂਦਾ ਜਿਹੜੀ ਕਿ ਆਪ ਨਾਰਥ ਦੇ ਵਿੱਚ ਹੋਈ ਸੀ ਹਾਂਜੀ ਅਗਲੀ ਵਾਰ ਜਦੋਂ ਤੁਸੀਂ ਆਏ ਹੌਲੀਡੇ ਕਰ ਤੇ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ ਠੀਕ ਜੀ ਆ ਹੋਇਆ ਕੀ ਉਸ ਤੋਂ ਬਾਅਦ ਫਿਰ ਲੰਮਾ ਸਮਾਂ ਇੱਕ ਇਦਾਂ ਦਾ ਦੌਰ ਰਿਹਾ ਜਦੋਂ ਸਕੂਲਾਂ ਦੇ ਵਿੱਚ ਜੇ ਕੋਈ ਮੂਲ ਵਾਸੀ ਆਪਣੀ ਭਾਸ਼ਾ ਬੋਲਦਾ ਸੀ ਤਾਂ ਉਹਨੂੰ ਕੁੱਟਿਆ ਕੁੱਟਿਆ ਜਾਂਦਾ ਸੀ ਉਹਨੂੰ ਸਜ਼ਾ ਦਿੱਤੀ ਜਾਂਦੀ ਹਾਂ ਇਹ ਤਾਂ ਇਦਾਂ ਹੀ ਹੋਇਆ ਹਾਂ ਤੇ ਇਨ੍ਹਾਂ ਵਿੱਚੋਂ ਭਾਜੀ ਲੋਕ ਜਦੋਂ ਪੜ੍ਹ ਲਿਖ ਗਏ ਨਾ ਖਾਸ ਤੌਰ ਤੇ ਬਹੁਤ ਇਹਨਾਂ ਦੇ ਬੱਚੇ ਜਿਹੜੇ ਸ਼ਹਿਰਾਂ ਦੇ ਵਿੱਚ ਜਦੋਂ ਸ਼ਿਫਟ ਹੋਏ ਉਹਨਾਂ ਨੇ ਫਿਰ ਆ ਕੇ ਪੜ੍ਹਾਈ ਲਿਖਾਈ ਦੇ ਨਾਲ ਆਪਣੇ ਜਿਹੜੇ ਹੱਕ ਸੀ ਉਹਨਾਂ ਦੀ ਮੰਗ ਕਰਨੀ ਸ਼ੁਰੂ ਕੀਤੀ ਕਿਉਂਕਿ ਤੁਹਾਨੂੰ ਪਤਾ ਵੀ ਸਦੀਆਂ ਤੋਂ ਇਹ ਗੱਲ ਸਾਡੇ ਨਾਲ ਨਾਲ ਚੱਲਦੀ ਰਹੀ ਕਿ ਫਰਜ਼ਾਂ ਦੀ ਪੂਰਤੀ ਤੇ ਨਾਲ ਨਾਲ ਹੱਕਾਂ ਦੀ ਮੰਗ ਜਿਹੜੀ ਆ ਉਹ ਪੈਰਲ ਚ ਚੱਲਦੀ ਆ ਸਫਰਜ਼ਾਂ ਦੀ ਇਰਾਇਤੀ ਵੀ ਹੋਣ ਲੱਗੀ ਤੇ ਹੱਕ ਜਿਹੜੇ ਆ ਉਹ ਥੋੜੇ ਬਹੁਤ ਆ ਮਿਲ ਗਿਆ ਜੀ ਸੰਧੀ ਦੇ ਉਸ ਆਧਾਰ ਦੇ ਉੱਤੇ ਬਾਕੀ ਫਿਰ ਇਹਨਾਂ ਨੂੰ ਸਟਰਗਲ ਬਹੁਤ ਕਰਨੀ ਪਈ 1849 ਤੋਂ ਲੈ ਕੇ ਜੀ 1987 ਤੱਕ ਇਹ ਦੌਰ ਚੱਲਿਆ ਜਦੋਂ ਲਿਖਤੀ ਤੌਰ ਦੇ ਉੱਤੇ ਜੇ ਇਹ ਭਾਸ਼ਾ ਕਿਸੇ ਨੂੰ ਸਿਖਾਉਣੀ ਹੋਵੇ ਤਾਂ ਲਗਭਗ ਅਸੰਭਵ ਕੰਮ ਸੀ ਹਾਂ ਫਿਰ 1987 ਤੋਂ ਫਿਰ ਜਿਹੜੇ ਸੰਘਰਸ਼ੀ ਲੋਕ ਸੀਗੇ ਭਾਸ਼ਾ ਦੇ ਜੁਝਾਰੂ ਸਪਾਈ ਸੀ ਮੌਜੂਦਕਾਂ ਦੇ ਵਿੱਚ ਹਾਂ ਉਹਨਾਂ ਨੇ ਇਹਨੂੰ ਸਿੱਖਣ ਯੋਗ ਬਣਾਇਆ ਜੀ ਉਹਨਾਂ ਨੇ ਇੱਕ ਕਮੇਟੀ ਬਣਾਈ ਸਾਰੇ ਟ੍ਰਾਈਬਸ ਦੇ ਵਿੱਚੋਂ ਬਿਲਕੁਲ ਸਹੀ ਹਾਂਜੀ ਹਾਂ ਬਿਲਕੁਲ ਸਹੀ ਤੇ ਫੇਰ ਹੋਇਆ ਕਿ ਹੁਣ ਤੁਸੀਂ ਜਾਣਦੇ ਹੋ 132 ਸਾਲ ਤੋਂ ਪੰਜਾਬੀ ਇਸ ਮੁਲਕ ਚ ਰਹਿੰਦੇ ਆ ਹਾਂਜੀ ਜਦੋਂ ਇਹ ਗੱਲਾਂ ਚੱਲਦੀਆਂ ਕਿ ਯਾਰ ਵੈਨਕੂਵਰ 에ਅਰਪੋਰਟ ਤੇ ਉੱਤਰ ਤੇ ਸਾਰ ਪੰਜਾਬੀ ਚ ਲਿਖਿਆ ਮਿਲਦਾ ਜੀ ਆਇਆਂ ਨੂੰ ਇੱਕਦੇ ਇੱਥੇ ਪਾਪਾਟੋਏ ਚ ਵੀ ਲਿਖਿਆ ਮਿਲੂਗਾ ਕਿਉਂਕਿ ਤੁਸੀਂ ਜਾਣਦੇ ਆ ਕਿ ਮੇਰੇ ਨਾਂ ਦੇ ਨਾਲ ਮੇਰਾ ਸਰਨੇਮ ਜਿਹੜਾ ਪਾਪਾਟੋਆ ਹਾਂਜੀ ਹਾਂਜੀ ਸੋ ਮੈਨੂੰ ਜਿਹੜੇ ਵੀ ਕਿਸੇ ਸਿਆਣੇ ਬਜ਼ੁਰਗ ਨੇ ਮਿਲਣਾ ਜਾਂ ਇੱਥੋਂ ਦੇ ਜੰਪਲ ਬੱਚੇ ਨੇ ਮਿਲਣਾ ਉਹਨਾਂ ਨੇ ਮੈਨੂੰ ਸਵਾਲ ਕਰਨਾ ਕਿ ਕਿ ਪਰਮੇਂਦਰ ਜੀ ਕਦੇ ਇਦਾਂ ਹੋਊਗਾ ਕਿ ਪਾਪਾ ਟੋਇਟੋ ਦੇ ਰੇਲਵੇ ਸਟੇਸ਼ਨ ਤੇ ਸੌਦਾ ਲਾਂਗੂ ਖਜਾਤੀ ਦੇ ਵਿੱਚ ਜੀ ਆਇਆਂ ਨੂੰ ਲਿਖਿਆ ਹੋਊਗਾ ਹਾਂਜੀ ਤਾਂ ਮੇਰੇ ਦਿਮਾਗ 'ਚ ਸਤਕਾਰ ਵੀਰੇ ਗੱਲ ਕਲਿੱਕ ਕੀਤੀ ਵੀ ਜੇਕਰ ਅਸੀਂ ਇਹਨਾਂ ਨੂੰ ਮਾਨ ਦੇਾਂਗੇ ਇਹਨਾਂ ਦੀ ਭਾਸ਼ਾ ਨੂੰ ਸਤਕਾਰ ਦੇਾਂਗੇ ਤਾਂ ਕੱਲ ਨੂੰ ਇੱਕ ਸਮਾਂ ਆਊਗਾ ਜਦੋਂ ਇਹ ਸਾਨੂੰ ਸਤਕਾਰ ਦਿੰਦਿਆਂ ਹੋયા ਇਹ ਵੀ ਗੱਲ ਲਾਗੂ ਕਰਨ ਦੇ ਵਿੱਚ ਹਿਚਕਚਾਉਣਗੇ ਨਹੀਂ ਸੋ ਇਹ ਬੁਨਿਆਦੀ ਕਾਰਨ ਰਿਹਾ ਵੈਸੇ ਹਾਂ ਨਹੀਂ ਇਹ ਮੈਂ ਆਪਾਂ ਅੱਗੇ ਵੀ ਇਹ ਗੱਲ ਆਪਾਂ ਮਿਲ ਕੇ ਵੀ ਕੀਤੀ ਸੀ ਜਦੋਂ ਹੁਣ ਅਸੀਂ ਆਪਾਂ ਨਿਊਜ਼ੀਲੈਂਡ ਆਏ ਸੀ ਕਿ ਜਦੋਂ ਪੰਜਾਬੀ ਦਾ ਇੱਥੇ ਜਿੱਦਾਂ ਜਿੱਦਾਂ ਸਤਕਾਰ ਵਧਣਾ ਆ ਉਹਦੇ ਵਿੱਚ ਜਿਹੜੇ ਇੱਥੇ ਦੇ ਨੇਟਿਵ ਲੋਕ ਆ ਉਹਨਾਂ ਦੀ ਬਹੁਤ ਦੇਣ ਰਹਿਣੀ ਆ ਤੁਸੀਂ ਇਹ ਗੱਲ ਮੈਨੂੰ ਉਦੋਂ ਵੀ ਦੱਸੀ ਸੀ ਤੇ ਪਰ ਇੱਕ ਹੋਰ ਵੀ ਬੜੀ ਖੁਸ਼ੀ ਦੀ ਗੱਲ ਆ ਕਿ ਐਤਕੀ ਜਿਹੜੀ ਨਿਊਜ਼ੀਲੈਂਡ ਦੀ ਸਰਕਾਰ ਆ ਉਹ ਪੰਜਾਬੀ ਦਾ ਹਫ਼ਤਾ ਇੱਕ ਮਨਾ ਰਹੀ ਆ ਹਨਾ ਤੁਸੀਂ ਜੀ ਤੁਸੀਂ ਸਹੀ ਕਿਹਾ ਉਹਦੇ ਬਾਰੇ ਕੁਝ ਦੱਸੋ ਕਿ ਉਹ ਉਹ ਕਿੱਦਾਂ ਗੱਲ ਬਣੀ ਸਾਡੇ ਤੇ ਪੰਜਾਬੀ ਹੈਰੋਲਡ ਅਖਬਾਰ ਚਲਾਉਂਦਾ ਜੀ ਲੰਮਾ ਸਮਾਂ ਜੀ ਦੇ ਵਿੱਚ ਰਹੇ ਸਵardar ਰਜਿੰਦਰ ਸਿੰਘ ਬਸਿਆਲਾ ਹਾਂਜੀ ਉਹਨਾਂ ਨੇ ਹੁਣ ਤੋਂ 3 ਸਾਲ ਪਹਿਲਾਂ ਮੈਨੂੰ ਇਹ ਗੱਲ ਕਹੀ ਕਹਿੰਦੇ ਯਾਰ ਮੈਂ ਮਹਿਸੂਸ ਕਰਦਾ ਵੀ ਜਿਹੜੇ ਸਾਡੇ ਪੁਰਾਣੇ ਲੋਕ ਪੰਜਾਬੀ ਮੋਢੀ ਪੰਜਾਬੀ ਜਿਹੜੇ ਇਸ ਮੁਲਕ ਦੇ ਵਿੱਚ ਆਏ ਉਹਨਾਂ ਦੀ ਜਿਹੜੀ ਅਗਲੀ ਪੀੜ੍ਹੀ ਆ ਉਹ ਹੌਲੀ-ਹੌਲੀ ਦੂਰ ਹੁੰਦੀ ਜਾ ਰਹੀ ਆ ਵੀ ਜਿਨ੍ਹਾਂ ਸਕੂਲਾਂ ਦੇ ਵਿੱਚ ਸਾਡੇ ਪੰਜਾਬੀ ਮੂਲ ਦੇ ਇੱਥੋਂ ਦੇ ਬੌਰ ਬਰਾਡਰ ਬੱਚੇ 19 19ਵੀਂ 21ਵੀਂ 20ਵੀਂ ਸਦੀ ਦੇ ਵਿੱਚ ਪੜ੍ਹੇ ਹਾਂ ਉਹਨਾਂ ਦੇ ਬੱਚੇ ਜਿਹੜੇ ਪੰਜਾਬੀ ਲਿਖਣੀ ਪੜ੍ਹਨੀ ਬਹੁਤ ਘੱਟ ਜਾਣਦੇ ਸੀ ਬੋਲ ਥੋੜੀ-ਬਹੁਤ ਲੈਂਦੇ ਆ ਭਾਵੇਂ ਕਿ ਸਾਡੇ ਵਾਂਗੂ ਜ਼ਮੀਦਾਰਾ ਪਸ਼ੋਕੜ ਦੇ ਵਿੱਚੋਂ ਨਿਕਲ ਕੇ ਆਏ ਸੀ ਉਹ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਇਹ ਗੱਲਾਂ ਚੱਲਦੀਆਂ ਚੱਲਦੀਆਂ ਉਹਨਾਂ ਨੇ ਖਤੋ-ਖਤਾਬਤ ਸ਼ੁਰੂ ਕੀਤੀ ਮਿਨਿਸਟਰੀ ਆਫ ਐਜੂਕੇਸ਼ਨ ਦੇ ਨਾਲ ਸਿੱਖਿਆ ਮਹਿਕਮੇ ਦੇ ਨਾਲ ਤੇ ਹੁਣ ਉਹਨਾਂ ਯਤਨਾਂ ਨੂੰ ਗੂਰ ਪਿਆ ਪਿਛਲੇ 2 ਸਾਲ ਅਸੀਂ ਗੈਰ ਰਸਮੀ ਤੌਰ ਦੇ ਉੱਤੇ ਇਹਦੇ ਜਸ਼ਨ ਮਨਾਉਂਦੇ ਰਹੇ ਹਾਂ ਲੇਕਿਨ ਸਾਡੇ ਧੰਨ ਭਾਗ ਆ ਕੈਦ ਕੀ ਜਿਹੜਾ ਮੰਤਰਾਲਾ ਉਹਨਾਂ ਨੇ ਖ ਚਿੱਠੀ ਪਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ 21 ਤੋਂ 27 ਨਵੰਬਰ ਤੱਕ ਜਿਵੇਂ ਬਾਕੀ ਭਾਸ਼ਾਵਾਂ ਦਾ ਇੱਕ ਇੱਕ ਹਫ਼ਤਾ ਮਨਾਇਆ ਜਾਂਦਾ 213 ਵੱਖ-ਵੱਖ ਕਮਿਊਨਿਟੀਆਂ ਇਕੱਠੀਆਂ ਰਹਿੰਦੀਆਂ ਨੇ ਜੀ ਨਿਊਜ਼ੀਲੈਂਡ ਦੇ ਵਿੱਚ ਹਾਂ ਤੇ ਸੋ ਇਸ ਇਹ ਮਾਰਿਸਵਰ ਸਾਨੂੰ ਵੀ ਹਾਸਲ ਹੋ ਰਿਹਾ ਕਿ 21 ਤੋਂ 27 ਨਵੰਬਰ ਤੱਕ ਇਹ ਜਿਹੜਾ 21 ਤੋਂ 27 ਨਵੰਬਰ ਇਹ ਹਰ ਸਾਲ ਹੋਇਆ ਕਰਨਾ ਹਾਂਜੀ ਬਿਲਕੁਲ ਜੀ ਤੁਸੀਂ ਬਿਲਕੁਲ ਠੀਕ ਕਿਹਾ ਹਾਂ ਇਹ ਗੱਲ ਬਹੁਤ ਵਧੀਆ ਆ ਕਿ 21 ਤੋਂ 27 ਇਹ ਤੋਂ ਵੀ ਇਹ ਤੋਂ ਵੀ ਖੂਬਸੂਰਤ ਗੱਲ ਸੰਗਤਾਰਵੀਰ ਇਹ ਹੋਈ ਪਈ 26 ਤੇ 27 ਨਵੰਬਰ ਨੂੰ ਇੱਥੇ ਦਾ ਬਹੁਤ ਵੱਡਾ ਈਵੈਂਟ ਆ ਨਿਊਜ਼ੀਲੈਂਡ ਸਿੱਖ ਖੇਡਾਂ ਹਾਂਜੀ ਸੋ ਉਹਦੇ ਵਿੱਚ ਇਹ ਬਿਲਕੁਲ ਪੀਕ ਤੇ ਚਲੀ ਜਾਣੀ ਗੱਲ 26 ਤੇ 27 ਨਵੰਬਰ ਜਿਹੜੇ ਦੋ ਦਿਨ ਸਿੱਖ ਖੇਡਾਂ ਹੁੰਦੇ ਹੁਣਿਆ ਉਸ ਦੌਰਾਨ ਹਜ਼ਾਰਾਂ ਦੀ ਗਿਣਤੀ ਚ ਲੋਕ ਜਿਹੜੇ ਆ ਦੇਸ਼ ਉਦੇ ਉਨ੍ਹਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਜਿਹੜਾ ਇਹ ਸਮਾਗਮ ਜਿਹੜੇ ਆ ਉਹ ਮਨਾਉਨੇ ਆ। ਹਾਂ ਇਹ ਬਹੁਤ ਖੁਸ਼ੀ ਦੀ ਗੱਲ ਮੈਨੂੰ ਜਦੋਂ ਪਹਿਲਾਂ ਪਤਾ ਲੱਗਾ ਨਾ ਇਸ ਗੱਲ ਬਾਰੇ ਕਿ ਹਰ ਸਾਲ ਹੋਇਆ ਕਰਨਾ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ। ਪਰ ਤੁਸੀਂ ਇੱਕ ਗੱਲ ਕੀਤੀ ਸੀ ਕਿ ਆਪਣਾ ਪਛੋਕੜ ਤਾਂ ਜ਼ਿੰਮੇਦਾਰ ਆ ਜੀ ਆ ਤੁਹਾਡਾ ਪਿੰਡ ਆ ਸਤਾਰ ਹਾਂਜੀ। ਜੀ ਜੀ ਤੇ ਪਰ ਆਪਾਂ ਤਾਂ ਤੁਹਾਨੂੰ ਮਾਲਪੁਰੇ ਜੇ ਕਰਕੇ ਜਾਣਦੇ ਆ ਕਿਉਂਕਿ ਤੁਸੀਂ ਮਾਲਪੁਰ ਵੀ ਹਾਂਜੀ ਜੀ ਟੋਟਾ-ਬਟਾਪਣ ਹਾਂ ਤੇ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਬਚਪਨ ਦੇ ਵਿੱਚ ਇਹ ਜਿਹੜਾ ਸ਼ੌਕ ਪਿਆ ਇਹਦੇ ਬਾਰੇ ਥੋੜਾ ਜਿਹਾ ਜਿਹੜਾ ਚਲੋ ਮੈਨੂੰ ਥੋੜਾ ਬਹੁਤ ਤਾਂ ਪਤਾ ਆ ਕਿ ਤੁਹਾਡਾ ਬੜਾ بڑے بڑے ਬੰਦਿਆਂ ਦੇ ਨਾਲ ਜਸੂਵਾਲ ਹੋਣਾ ਨਾਲ ਹੋਰ ਬਹੁਤ ਸਾਰੇ ਬੰਦਿਆਂ ਦੇ ਨਾਲ ਆਪਣੇ ਨਛੱਤਰ ਗਿੱਲ ਹੋਣਾ ਦੇ ਡੈਡ ਹੋਣਾ ਦੇ ਨਾਲ ਹੋਰ ਰਾਜਾਂ ਢਾਡੀਆਂ ਦੇ ਨਾਲ ਬਚਪਨ ਵਿੱਚ ਹੀ ਤੁਹਾਡਾ ਬੜਾ ਮੇਲ ਰਿਹਾ ਪਰ ਇਹ ਇਹ ਕਿਦਾਂ ਸੁਭਾਗ ਬਣਿਆ ਇਹ ਗੱਲ ਤੁਹਾਡੇ ਬਚਪਨ ਚ ਕਿਦਾਂ ਤੁਹਾਡਾ ਇਧਰ ਨੂੰ ਰੁਝਾਨ ਕਿਦਾਂ ਹੋਇਆ ਤੋ ਸੀ ਜਿਹੜਾ ਸੁਭਾਗ ਲਫ਼ਜ਼ ਵਰਤਿਆ ਨਾ ਬਿਲਕੁਲ ਸਹੀ ਲਫ਼ਜ਼ ਵਰਤਿਆ ਤੇ ਗੱਲ ਇਦਾਂ ਵੀ ਮੇਰੇ ਜਿਹੜੇ ਮਾਤਾ ਜੀ ਸਗੇ ਜੀ ਉਹਨਾਂ ਦਾ ਜਨਮ ਪਾਕਿਸਤਾਨ ਦਾ ਸੀ ਹੁਣ ਕਾਣਾ ਸਾਹਿਬ ਤੋਂ ਅੱਧੇ ਘੰਟੇ ਦੀ ਡਰਾਈਵ ਤੇ ਚੱਕ ਨੰਬਰ 8 ਹਾਂ ਜ਼ਿਲ੍ਹਾ ਸ਼ੇਖੂਪੁਰਾ ਉਦੋਂ ਪੈਂਦਾ ਸੀ ਹੁਣ ਨਨਕਾਣਾ ਸਾਹਿਬ ਬਣ ਗਿਆ ਇਮਰਾਨ ਖਾਨ ਹੁਣਾਂ ਨੇ ਉਹਨੂੰ ਜ਼ਿਲ੍ਹਾ ਬਣਾਇਆ ਜਦੋਂ ਤੇ ਉਹਨਾਂ ਦਾ ਜਦੋਂ ਜਨਮ ਉੱਥੇ ਦਾ ਹੋਇਆ ਉਹਨਾਂ ਕੋਲ ਅਣਵੰਡੇ ਪੰਜਾਬ ਦੀਆਂ ਬਹੁਤ ਕਹਾਣੀਆਂ ਸੀ ਉਂਟਾ ਕੋਲ ਇਧਰ ਆ ਕੇ ਮੋੜ ਵਸੇਬੇ ਦੀਆਂ ਬਹੁਤ ਕਹਾਣੀਆਂ ਸੀ ਉਹ ਕਹਾਣੀਆਂ ਉਹ ਕਿਸੇ ਉਹ ਉਹ ਬਹਾਦਰੀ ਦੀਆਂ ਗਥਾਵਾਂ ਆਪਣਾ ਇਤਿਹਾਸ ਆਪਣੀ ਸੂਰਮਗਤੀ ਜਦੋਂ ਮਾਂ ਮੇਰੀ ਰਾਤ ਨੂੰ ਸੌਣ ਲੱਗਾ ਦੁੱਧ ਦਾ ਗਲਾਸ ਮੇਰੇ ਮੂਹਰੇ ਲਾਉਂਦੀ ਮੈਂ ਕਈ ਵਾਰੀ ਅਧਰ ਨੀਂਦਾ ਸੁੱਤਾ ਹੁੰਦਾ ਤੇ ਉਹ ਮੈਨੂੰ ਉਹ ਸਾਖੀਆਂ ਸੁਣਾਉਂਦੀ ਉਹਨਾਂ ਲੋਕਾਂ ਦੀਆਂ ਗੱਲਾਂ ਸੁਣਾਉਂਦੀ ਹਰੀ ਸਿੰਘ ਲੜੂਏ ਜਰਨੈਲ ਵਰਗੇ ਦੀਆਂ ਬਾਤਾਂ ਪਾਉਂਦੀ ਸੋ ਮੈਨੂੰ ਲੱਗਣਾ ਵੀ ਇਹ ਇਹ ਜਿਹੜੇ ਬੰਦੇ ਆ ਯਾਰ ਇਹ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਰਾਗੀ ਸਿੰਘਾਂ ਦੇ ਮੋਹੋਂ ਵੀ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣ ਸੋ ਇਹ ਕਹਾਣੀਆਂ ਜਾਣਨ ਦਾ ਮੇਰੇ ਮਨ ਦੇ ਵਿੱਚ ਇੱਕ ਸ਼ੌਕ ਜਾ ਗਿਆ ਲੇਕਿਨ ਉਹ ਸਮਾਜਿਆ ਸੀ ਸੰਤਾਰਪਾ ਜੀ ਕਿ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਤਬਦੀਲ ਹੋ ਰਹੇ ਜਿਹੜੇ ਮੱਧ ਵਰਗੀ ਪਰਿਵਾਰ ਨੇ ਉਹਨਾਂ ਦੇ ਮਨਾਂ ਦੇ ਅੰਦਰ ਇੱਕ ਤਾਂਗ ਹੁੰਦੀ ਸੀ ਕਿ ਸਾਡਾ ਬੱਚਾ ਜਿਹੜਾ ਉਹ ਨਵੇਂ-ਨਵੇਂ ਖੁੱਲ ਰਹੇ ਕਨਵਰਟ ਸਕੂਲਾਂ ਦੇ ਵਿੱਚ ਪੜ੍ਹੇ ਉਹ ਪੰਜਾਬੀ ਘੱਟ ਬੋਲੇ ਉਹਨੂੰ ਅੰਗਰੇਜ਼ੀ ਆਉਣੀ ਚਾਹੀਦੀ ਆ ਹਾਂ ਸੋ ਉਸ ਉਸ ਕਸ਼ਮਕਸ਼ ਦੇ ਵਿੱਚ ਮੇਰੇ ਜਿਹੜੇ ਸਰਕਾਰੀਓ ਪਿਤਾ ਸੀ ਉਹਨਾਂ ਨੇ ਮੈਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਨੇ ਲਾਤਾ ਜੀ ਹੁਣ ਮੈਂ ਪੜਿਆ ਦਾ ਥਰੂਆਊਟ ਇੰਗਲਿਸ਼ ਮੀਡੀਅਮ ਹੀ ਲੇਕਿਨ ਇਹ ਜਿਹੜੀ ਪੰਜਾਬੀ ਦੀ ਤਾਂਗ ਸੀ ਉਹ ਕਿਤੇ ਨਾ ਕਿਤੇ ਮੇਰੇ ਜ਼ਿਹਨ ਦੇ ਪਿੱਛੇ ਘੁੰਮਦੀ ਰਹੀ ਜਿਵੇਂ ਜਿਵੇਂ ਮਾਤਾ ਨੇ ਮੈਨੂੰ ਗੱਲਾਂ ਦੱਸਣੀਆਂ ਜਿਵੇਂ ਜਿਵੇਂ ਬਜ਼ੁਰਗਾਂ ਦੇ ਨਾਲ ਸੱਥਾਂ 'ਚ ਜਾ ਕੇ ਬਹਿਣਾ ਰਖੜਪੁੰਨਿਆ ਦੇ ਮੇਲੇ ਤੇ ਸਤੌਰ ਜਾ ਕੇ ਸਾਰੀ ਰਾਹ ਦੀਵਾਨ ਸਜਣੇ ਤੇ ਮੈਨੂੰ ਮੇਰੀ ਜਿਹੜੀ ਸ਼ਖਸੀਅਤ ਦੇ ਦੋ ਹਿੱਸੇ ਆ ਜੀ ਉਹ ਉਹ ਇਸੇ ਤਰ੍ਹਾਂ ਸਮਾਨੰਤਰ ਤੌਰ ਦੇ ਉੱਤੇ ਜ਼ਿੰਦਗੀ ਦੇ ਇਸ ਕਾਫਲੇ ਦੇ ਵਿੱਚ ਚੱਲਦੇ ਰਹੇ ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਮੁੜ ਕੇ ਆਉਂਦੀਆਂ ਨਹੀਂ ਜਿਵੇਂ ਕੈਮ ਲੂਪਸ ਦੀਆਂ ਮੱਛੀਆਂ ਦਾ ਜ਼ਿਕਰ ਹੁੰਦਾ ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਇਹ ਆਪਣੀ ਜੜਾਂ ਨਾਲ ਬੰਦਾ ਮੁੜਦਾ ਜ਼ਰੂਰ ਆ ਜੁੜਦਾ ਜ਼ਰੂਰ ਹਾਂ ਤੇ ਇਹ ਜਿਹੜੀਆਂ ਤੁਹਾਡੀਆਂ ਬਚਪਨ ਦੀਆਂ ਨਾ ਤੁਹਾਡੇ ਕੋਲ ਬਹੁਤ ਸਾਰੀਆਂ ਇਦਾਂ ਦੀਆਂ ਵੀ ਕਹਾਣੀਆਂ ਆ ਇੰਟਰਸਟਿੰਗ ਬੜੇ ਬੜੇ ਸਾਕੇ ਬੜੀਆਂ ਘਟਨਾਵਾਂ ਕੁਝ ਕੁਝ ਦੋ ਚਾਰ ਸੁਣਾਓ ਕਿ ਥੋੜਾ ਜਿਹਾ ਮੂਡ ਲਾਈਟ ਵੀ ਕਰੀਏ ਕੁਝ ਦੋ ਚਾਰ ਕੁਝ ਜਿਹੜੀਆਂ ਗੱਲਾਂ ਤੁਹਾਨੂੰ ਕੋਈ ਵੀ ਯਾਦ ਹੈ ਜਿਹੜੀਆਂ ਵੀ ਮਨ 'ਚ ਆਉਂਦੀਆਂ ਹੋਣ ਹਾਂਜੀ ਇਦਾਂ ਸੀ ਵੀ ਛੋਟੇ ਹੁੰਦੇ ਹਾਂ ਜਦੋਂ ਨਛੱਤਰਗਿਲ ਸਾਹਿਬ ਦੇ ਪਿਤਾ ਜੀ ਸਤਿਕਾਰਯੋਗ ਮਾਸਟਰ ਹਰਜੀਤ ਸਿੰਘ ਜਣੀ ਸਾਡੇ ਪਿੰਡ ਆਉਂਦੇ ਤੇ ਉਹਨਾਂ ਦੀ ਟਹਿਲ ਪਾਣੀ ਕਰਨ ਦਾ ਮੌਕਾ ਜਿਹੜਾ ਮੇਰੇ ਦਾਦਾ ਜੀ ਮੈਨੂੰ ਦਿੰਦੇ ਦਾਦਾ ਜੀ ਆਪ ਬ੍ਰਿਟਿਸ਼ ਆਰਮੀ ਦੇ ਵਿੱਚੋਂ ਰਿਟਾਇਰ ਹੋਏ ਸਿੱਖ ਫੌਜੀ ਉਹਨਾਂ ਦੇ ਵਿੱਚੋਂ ਮਾਨਵਤੇ ਸੇਖ ਸਰਦਾਰ ਸਨ ਜਿਹਨਾਂ ਨੇ ਰੰਗੂਨ ਫਰੰਟ ਉੱਤੇ ਬ੍ਰਿਟਿਸ਼ ਆਰਮੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਔਰ ਦਸਤਾਰ ਜਿਹੜੀ ਆ ਉਹ ਪਹਿਨ ਕੇ ਆਉ ਸੇਵਾਵਾਂ ਨਿਭਾਈਆਂ ਉਹਨਾਂ ਨੇ ਐਜ਼ ਅ ਟੈਂਕ ਮੈਕੈਨਿਕ ਤੇ ਜਦੋਂ ਇਹ ਰਾਗੀ ਸਿੰਘ ਆਉਂਦੇ ਜੀ ਉਹਨਾਂ ਦੇ ਮਨਾਂ 'ਚ ਬੜਾ ਸਤਕਾਰ ਹੁੰਦਾ ਕਿ ਸਾਡੇ ਵਿੱਚੋਂ ਹਰੇਕ ਦੀ ਡਿਊਟੀ ਲੱਗ ਜਾਂਦੀ ਕਦੇ ਦਇਆ ਸਿੰਘ ਦਲਬਰ ਉਹਨਾਂ ਦੇ ਨਾਲ ਜਾਂ ਜਿਹੜੇ ਵੀ ਰਾਗੀ ਸਿੰਘ ਉੱਥੇ ਜਕਵੀਸ਼ਰ ਆਉਂਦੇ ਤੇ ਉਦੋਂ ਫਿਰ ਮੇਰੀ ਡਿਊਟੀ ਜੀ ਇਸ ਜਥੇ ਨਾਲ ਲੱਗ ਗਈ ਤੇ ਮਾਸਟਰ ਜੀ ਨੂੰ ਮੈਂ ਜਦੋਂ ਕਿਤੇ ਦੁੱਧ ਦਾ ਜੱਗ ਭਰ ਕੇ ਉਹਨਾਂ ਦੇ ਕੋਲ ਖੜਾ ਹੋਣਾ ਤਾਂ ਉਹਨਾਂ ਨੇ ਕਿਹਾ ਮੈਨੂੰ ਪਹਿਲਾਂ ਸਰੰਗੀ ਸੁਰ ਕਰ ਲੈਣ ਦਿਓ ਸਰਦਾਰ ਜੀ ਤੁਸੀਂ ਸੰਗੀਤ ਦੇ ਨਾਲ ਬਹੁਤ ਲਾਗੇ ਨਾਲ ਜੁੜੇ ਹੋਏ ਆਂ ਔਰ ਤੁਸੀਂ ਹੈਰਾਨ ਹੋਣਾ ਕਿ ਕਈ ਵਾਰੀ ਸਰੰਗੀ 5 ਮਿੰਟ ਚ ਸੁਰ ਹੋ ਜਾਣੀ ਤੇ ਇੱਕ ਵਾਰ ਮੈਨੂੰ ਚੇਤਾ ਆ ਕਿ ਡੇਢ ਘੰਟਾ ਲੱਗ ਗਿਆ ਜਦੋਂ ਉਹਨਾਂ ਨੂੰ ਸਰੰਗੀ ਸੁਰ ਕਰਨ ਦੇ ਵਿੱਚ ਲੇਕਿਨ ਉਹਨਾਂ ਨੇ ਬਹੁਤ ਸਬਰ ਸੰਤੋਖ ਦੇ ਨਾਲ ਸਾਜ਼ ਨੂੰ ਸੁਰਚ ਕੀਤਾ ਤੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਇਹ ਜਿਹੜੀ ਦੁਨੀਆ ਬਿਲਕੁਲ ਵੱਖਰੀ ਦੁਨੀਆ ਆ ਬਾਹਰੀ ਦੁਨੀਆ ਨਾਲ ਉਹਨਾਂ ਦਾ ਕੋਈ ਨਾਤਾ ਨਹੀਂ ਹੁੰਦਾ ਸੀ ਔਰ ਕਿੰਨੇ ਇਕਾਗਰਿਤ ਹੋ ਕੇ ਉਹ ਇਹ ਗੱਲਾਂ ਕਰਦੇ ਹੁੰਦੇ ਸੀ ਇਦਾਂ ਹੀ ਸਾਡੇ ਇਲਾਕੇ ਦਾ ਮਾਣ ਆ ਜੀ ਅਮਰ ਸਿੰਘ ਸ਼ੌਂਕੀ ਹ ਉਹਨਾਂ ਨਾਲ ਜੁੜੀ ਇੱਕ ਗੱਲ ਯਾਦ ਆ ਗਈ ਜੀ ਉਹਨਾਂ ਦੇ ਭਤੀਜੇ ਨੇ ਮੈਨੂੰ ਇਹ ਗੱਲ ਸੁਣਾਈ ਸੀ ਸਰੀਕੇ ਚੋਂ ਘਰਾਂ ਚੋਂ ਇਹਨਾਂ ਦਾ ਭਤੀਜਾ ਲੱਗਦਾ ਹਾਂ ਤੇ ਉਸ ਵੇਲੇ ਉਹ ਭਤੀਜੇ ਦੀ ਉਮਰ 24 ਸਾਲ ਸੀ ਤੇ ਸ਼ੌਂਕੀ ਸਾਹਿਬ ਸੁਖਨਾ ਕਾਫੀ ਬਜ਼ੁਰਗ ਹੋ ਗਏ ਸੀ ਅੱਛਾ ਜੀ ਤੇ ਉਹ ਸ਼ੌਂਕੀ ਸਾਹਿਬ ਨੂੰ ਕਹਿੰਦੇ ਵੀ ਤਾਇਆ ਮੈਨੂੰ ਨਾ ਥੋੜਾ ਝੋਲਾ ਝੋਲਾ ਦਿਦਾ ਹਾਂ ਤੇ ਉਹ ਕਹਿੰਦੇ ਕਾਕਾ ਉਮਰ ਕਿੰਨੀ ਤੇਰੀ ਉਹ ਕਹਿੰਦਾ ਜੀ ਬਸ ਮਹੀਨੇ ਨੂੰ 24 ਦਾ ਹੋ ਜਾਣਾ ਹਾਂ ਤੇ ਸ਼ੌਂਕੀ ਸਾਹਿਬ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਕਹਿੰਦੇ ਕਾਕਾ ਤੈਨੂੰ ਤਾਂ ਵੇਚੌਲਾ ਝੌਲਾ ਦੀਦਾ ਜਦੋਂ ਮੈਂ ਤੇਰੀ ਉਮਰ ਚ ਸੀਗਾ ਮੈਂ ਤਾਂ ਅੰਨਾ ਹੀ ਹੋਇਆ ਸੀ ਸੋ ਜਵਾਨੀ ਵਾਲਾ ਜੋਰ ਜਿਹੜਾ ਜੀ ਉਹ ਸਿਰ ਛੜ ਬੋਲਦਾ ਤੁਹਾਨੂੰ ਪਤਾ ਹੀ ਹਾਂਜੀ 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 ਨਹੀਂ ਬਹੁਤ ਬਹੁਤ ਪਤੇ ਦੀ ਗੱਲ ਆ ਇੱਕ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ ਕਿ ਸਰੰਗੀ ਕਈ ਵਾਰੀ 5 ਮਿੰਟ ਚ ਸੋਰ ਹੋ ਜਾਣੀ ਕਈ ਵਾਰੀ ਘੰਟੇ ਚ ਹਾਂਜੀ ਜੀ ਇਹ ਨਾ ਜੀ ਸਾਡੇ ਕੁਝ ਸਾਜ਼ ਆ ਜਿਹੜੇ ਪੁਰਾਣੇ ਇਹਨਾਂ ਦੇ ਵਿੱਚ ਜਿਹੜੀਆਂ ਸਿੰਪਥੈਟਿਕ ਸਟ੍ਰਿੰਗਸ ਹੁੰਨੀਆਂ ਜਿਨ੍ਹਾਂ ਨੂੰ ਅਸੀਂ ਪੰਜਾਬੀ ਚ ਤਾਰਾਂ ਕਹਿੰਦੇ ਆ ਹਾਂਜੀ ਬਿਲਕੁਲ ਸਹੀ ਤੇ ਇੱਕ ਇੱਕ ਬਾਜ ਦੀਆਂ ਤਾਰਾਂ ਹੁੰਦੀਆਂ ਤੇ ਇੱਕ ਤਰਬਾਂ ਹੁੰਦੀਆਂ ਉਹਨਾਂ ਨੂੰ ਸਿੱਧੇ ਤੌਰ ਤੇ ਨਹੀਂ ਬਜਾਇਆ ਜਾਂਦਾ ਪਰ ਉਹਨਾਂ ਨੂੰ ਉਹਨਾਂ ਸੁਰਾਂ ਤੇ ਸੁਰ ਕਰ ਲਿਆ ਜਾਂਦਾ ਤੇ ਇਹ ਜਿਹੜੇ ਤਰਬਾਂ ਵਾਲੇ ਸਾਜ਼ ਆ ਨਾ ਇੱਕ ਮੈਂ ਵੀ ਲਿਖਿਆ ਸੀਗਾ ਕਿ ਉਮਰਾਂ ਜਿਨਾ ਗਵਾਈਆਂ ਓਹੋ ਤਰਬਾਂ ਕੱਸਦੇ ਆ ਚੰਗੀਆਂ ਸਿੱਖਦੇ ਆ ਤੇ ਚੰਗੀਆਂ ਗੱਲਾਂ ਦੱਸਦੇ ਆ ਹਾਂਜੀ ਤੇ ਲੋਕ ਕੀ ਕਹਿੰਦੇ ਗੱਲ ਨਹੀਂ ਬਣਦੀ ਨਹੀਂ ਸਾਨੂੰ ਮਨਜ਼ੂਰ ਬਾਣੇ ਦਾ ਕਰ ਦੂਰ ਗੱਲ ਕੀ ਆ ਕਿ ਕਈ ਵਾਰ ਜਿਹੜਾ ਬੰਦਾ ਉਸਤਾਦ ਹੁੰਦਾ ਉਹ ਬੜੀ ਉਸਤਾਦੀ ਦੇ ਨਾਲ ਚੀਜ਼ ਪੇਸ਼ ਕਰਦਾ ਪਰ ਜੇ ਸੁਣਨ ਵਾਲੇ ਨੂੰ ਉਹ ਨਹੀਂ ਪਤਾ ਸੁਣਨ ਵਾਲੇ ਨੂੰ ਇਹ ਪਤਾ ਨਹੀਂ ਕਿ ਕੀ ਸੁਣਾ ਰਿਹਾ ਤਾਂ ਫਿਰ ਜਿੱਦਾਂ ਜਿੱਦਾਂ ਹੁਣ ਪਿੰਨੀਆਂ ਤੁਸੀਂ ਦੇਖੋ ਜੀ ਸਾਡੇ ਘਰਾਂ ਦੇ ਵਿੱਚ ਲੋਕ ਪਿੰਨੀਆਂ ਬਣਾਉਂਦੇ ਆ ਤੇ ਗਜਾ ਬਣਾਉਂਦੇ ਆ ਹਨਾ ਤੇ ਉਹ ਕਿੰਨੀ ਸਿਹਤ ਲਈ ਚੰਗੀ ਤਕੜੀ ਚੀਜ਼ ਆ ਪਰ ਜੇ ਤੁਸੀਂ ਕਿਸੇ ਨੂੰ ਨਹੀਂ ਪਤਾ ਕਿ ਕੀ ਚੀਜ਼ ਆ ਉਹਨੂੰ ਤੁਸੀਂ ਦਿਓ ਤੇ ਉਹ ਹੋਰੇ ਤਰ੍ਹਾਂ ਦਾ ਮੂੰਹ ਕਰ ਲੈਂਦਾ ਉਹ ਕਹਿੰਦਾ ਨਹੀਂ ਮੈਨੂੰ ਨਹੀਂ ਇਹ ਚੰਗੀ ਲੱਗਦੀ ਹਾਂ ਹਾਂ ਬਿਲਕੁਲ ਬਿਲਕੁਲ ਉਹ ਪਹਿਲਾਂ ਖਾਣੀ ਵੀ ਸਿਖਾ ਲੈਣੀ ਪੈਣੀ ਆ ਪਿਛਲੇ ਦਿਨੀ ਤੁਹਾਡੇ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਟੂਰ ਤੋਂ ਪਹਿਲਾਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਵਿਚਾਲੇ ਭਾਜੀ ਹੁਣੀ ਪ੍ਰਮੋਡ ਭਾਜੀ ਇੰਗਲੈਂਡ ਗਏ ਹੋ ਸੀ ਤਾਂ ਮੈਂ ਵਿਚਾਲੇ ਇੱਕ ਦਿਨ ਦਾ ਟ੍ਰਿਪ ਬਣਾ ਕੇ ਫਿਰ ਵੈਨਕੂਵਰ ਆਇਆ ਹਾਂ ਟੋਰਾਂਟੋ ਤੋਂ ਆਪਣੇ ਨਾਨਕਿਆਂ ਕੋਲੋਂ ਹਾਂਜੀ ਹਾਂਜੀ ਜਦੋਂ ਮੈਂ ਆਇਆ ਨਹੀਂ ਜੀ ਉੱਥੇ ਸਤੀਸ਼ ਕੁਲਾਟੀ ਉਹਨਾਂ ਨੇ ਵੈਨਕੂਵਰ ਨਾਲ ਸਬਜ਼ੀ ਮੰਡੀ ਲਾ ਕੇ ਜਾ ਕੇ ਤਾਂ ਵੈਨਕੂਵਰ ਦੇ ਵਿੱਚ ਸਰੀਚ ਉਹਨਾਂ ਨੇ ਆਪਣੇ ਕਿਤਾਬਾਂ ਦੀ ਬਹੁਤ ਸੋਹਣੀ ਪ੍ਰਦਰਸ਼ਨੀ ਲਾਈ ਹੋਈ ਸੀ ਹਾਂਜੀ ਤਾਂ ਤੁਸੀਂ ਯਕੀਨ ਨਹੀਂ ਕਰਦਾ ਭਾਵੇਂ ਤੁਸੀਂ ਕਿਉਂਕਿ ਦੂਜੇ ਪਾਸੇ ਰਹਿੰਦੇ ਬਾਰਡਰ ਤੇ ਮੇਰਾ ਦਿਲ ਤਾਂ ਬਹੁਤ ਕਰਦਾ ਸੀ ਵੀ ਮੈਂ ਤੁਹਾਨੂੰ ਮਿਲਾਂ ਉੱਥੇ ਹਨਾ ਪਰ ਮੈਨੂੰ ਇਹ ਵੀ ਉਮੀਦ ਸੀ ਕਿ ਆਪਾਂ ਚਲੋ ਛੇਤੀ ਮਿਲ ਪੈਣਾ ਤੁਸੀਂ ਇੰਦਰ ਨੂੰ ਆਉਣਾ ਸੀ ਨਾ ਹਾਂ ਹਾਂ ਤਾਂ ਉਹ ਉਹਨਾਂ ਦੀ ਨਾ ਉਹਨਾਂ ਦੀ ਜਿੱਦਾਂ ਦੋ ਤਿੰਨ ਗੱਲਾਂ ਜਦੋਂ ਮੈਂ ਸੁਣੀਆਂ ਤਾਂ ਮੈਨੂੰ ਤੁਸੀਂ ਤਿੰਨੇ ਭਰਾ ਬਹੁਤ ਚੇਤੇ ਆਏ ਹਮ ਸतीश ਘਲਾਟੀ ਸਾਹਿਬ ਉਹਨਾਂ ਨੇ ਲਿਖਿਆ ਕਹਿੰਦੇ ਵੀ 35 ਅੱਖਰ ਕਿੱਥੇ ਕਿੱਥੇ ਉੱਠਦੇ ਬੈਂਦੇ ਨੇ ਮੇਰੇ ਵੱਡ ਵਡੇਰੇ ਮੈਥੋਂ ਪੁੱਛਦੇ ਰਹਿੰਦੇ ਨੇ ਵਾਰਿਸ ਬੁੱਲਾ ਬਾਹੂ ਕਾਦਰ ਯਾਰ ਹੁਸੈਨ ਫਰੀਦ ਅਰਸ਼ਾ ਬੱਚੋਂ ਚੁੱਪਚਪੀਤੇ ਤੱਕਦੇ ਰਹਿੰਦੇ ਨੇ ਸੋ ਇਹ 35 ਅੱਖਰਾਂ ਦੀ ਮਿਹਰਬਾਨੀ ਆ ਦੇਖੋ ਕਿੱਥੇ ਦੀ ਕਿੱਥੇ ਅਸੀਂ ਤਾਰਾ ਜੋੜੀਆਂ ਆ ਔਰ ਜਿਹੜਾ ਸਾਡਾ ਪੰਜਾਬੀ ਵਿਸ਼ਵ ਵਿਆਪੀ ਹੋ ਗਿਆ ਜੀ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਵੀ ਆਕਲੈਂਡ ਤੋਂ ਵੈਨਕੂਵਰ ਤੱਕ ਮਾਝਾ ਮਾਲਵਾ ਦਵਾਬਾ ਫੈਲ ਫੈਲ ਵੀ ਪੰਜਾਬਾ ਮੇਰੇ ਨਹਿਣਾ ਦੇ ਆ ਖਵਾਬਾ ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਲਾਂ ਉਹ ਸੋਚ ਕੇ ਜ਼ਰੂਰ ਤਾਂ ਆਉਂਦਾ ਬੰਦੇ ਨੂੰ ਹਾਂਜੀ ਹਾਂਜੀ ਇੱਕ ਨਾ ਜਿਹੜਾ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਸ਼ਾਇਦ ਸਾਡੀ ਜਿਹੜੀ ਭੂਗੋਲਕ ਸਥਿਤੀ ਇਦਾਂ ਦੀ ਕਰਕੇ ਨਾ ਪੰਜਾਬ ਦੇ ਵਿੱਚ ਕਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਪਤਾ ਨਹੀਂ ਕਿਹੜੇ ਵੇਲੇ ਉੱਠ ਕੇ ਤੁਰਨਾ ਪੈਣਾ ਹਾਂਜੀ ਸਹੀ ਗਾ ਤੇ ਇਹ ਜਿਹੜੀ ਇਹੋ ਚੀਜ਼ ਸੀਗੀ ਜਦੋਂ ਹੁਣ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਵੀ ਆ ਉਦੋਂ ਵੀ ਸਾਡੇ ਪੰਜਾਬ ਦੇ ਜਿਹੜਾ ਜਿਹੜਾ ਸਾਡਾ ਲਹੂ ਆ ਇਹਦੇ ਵਿੱਚ ਨਾ ਜਿੱਦਾਂ ਕਹਿੰਦੇ ਹੁੰਦੇ ਸਾਡੇ ਪੈਰ 'ਚ ਚੱਕਰ ਆ ਇੱਕ ਤੇ ਅਸੀਂ ਚਾਹਦੇ ਆ ਕਿ ਅਸੀਂ ਚੱਲ ਜਾਈਏ ਕਿਤੇ ਸਾਨੂੰ ਉਹਨਾਂ ਚੀਜ਼ਾਂ ਤੋਂ ਡਰ ਨਹੀਂ ਲੱਗਦਾ ਮੈਨੂੰ ਮੈਨੂੰ ਇੱਕ ਖਿਆਲ ਯਾਦ ਆ ਗਿਆ ਸੰਤਾਰੀ ਤੁਹਾਡੀ ਗੱਲ ਤੋਂ ਕਹਿੰਦਾ ਵੀ ਟੁੱਟੇ ਪੱਤੇ ਤੇ ਸ਼ਾਇਰ ਦੋਵੇਂ ਫਕਰ ਹੁੰਦੇ ਨੇ ਦੋਵਾਂ ਦੇ ਹੀ ਪੈਰ ਹੀ ਯਾਰੋ ਚੱਕਰ ਹੁੰਦੇ ਹਾਂ ਪਰ ਜਿਹਦੇ ਪੈਰ 'ਚ ਚੱਕਰ ਉਹਦੇ ਹੀ ਹੋ ਸਕਦਾ ਜਿਹਨੂੰ ਨਵੇਂ ਸਿਰਿਓਂ ਜ਼ੀਰੋ ਤੋਂ ਸ਼ੁਰੂ ਕਰਨ ਦਾ ਡਰ ਨਾ ਹੋਵੇ ਕਿਉਂਕਿ ਨਵੇਂ ਸਿਰੇ ਜਾ ਕੇ ਕਿੰਨੀ ਸੁਣੀਗਾ ਇੱਕ ਮੈਨੂੰ ਪਰ ਇੱਥੋਂ ਹੋਰ ਗੱਲ ਯਾਦ ਆਈ ਆ ਕਿ ਜਿਹੜੀ ਤੁਸੀਂ ਪਹਿਲਾਂ ਇਸ਼ਾਰਾ ਮਾਰਿਆ ਸੀ ਇੱਕ ਗੱਲ ਦਾ ਆ ਆਪਣਾ ਕਿ ਤੁਹਾਡੇ ਜਿਹੜੇ ਨਾਨਕੇ ਆ ਤੁਹਾਡੇ ਨਾਨਕੇ ਹੈਗੇ ਆ ਸਿੰਬਲੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਪਰ ਜਦੋਂ ਤੁਸੀਂ ਮੈਨੂੰ ਪਹਿਲੇ ਹੁਣ ਗੱਲ ਦੱਸੀ ਸੀ ਕਿ ਤੁਹਾਡੀ ਜਿਹੜੀ ਮਾਤਾ ਜੀ ਆ ਉਹਨਾਂ ਦਾ ਜਨਮ ਹੈਗਾ ਆ ਪਾਕਿਸਤਾਨ ਦਾ ਹਾਂਜੀ ਬਿਲਕੁਲ ਜੀ ਸੈਣੀ ਬਾਦ ਦਾ ਤੇ ਤੁਸੀਂ ਵੀ ਜਾ ਕੇ ਆਏ ਪਾਕਿਸਤਾਨ ਇੱਕ ਦੋ ਵਾਰ ਹਾਂਜੀ ਜੀ ਤੇ ਉਹ ਇੱਕ ਬਹੁਤ ਵਧੀਆ ਉਹਦੀ ਘਟਨਾ ਜੀ ਉਹ ਮੈਨੂੰ ਮਾੜਾ ਜਿਹਾ ਦੱਸੋ ਕਿ ਤੁਸੀਂ ਪਹਿਲੀ ਵਾਰ ਕਿੱਦਾਂ ਗਏ ਤੇ ਉਹ ਸਾਰੀ ਗੱਲ ਦੱਸੋ ਜੀ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਹੀ ਵਧੀਆ ਗੱਲ ਆ ਹਾਂਜੀ ਜੀ ਜੀ ਮੈਨਾਂ ਜੀ ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਅਸੈਂਬਲੀ ਦੀ ਹਾਂਜੀ ਉਹ ਅਸੀਂ ਮੋੜਵ ਸੇਵੇ ਦੇ ਉਸ ਪ੍ਰੋਸੈਸ ਦੇ ਵਿੱਚ ਪਹਿਲਾਂ ਧੰਨਵਾਦ ਕਰਨਾ ਚਾਹਣਾ ਇਸ ਦੁਨੀਆ ਦੇ ਵਿੱਚ ਸਰੀਰਕ ਤੌਰ ਤੇ ਭਾਵੇਂ ਸਾਨੂੰ ਵੱਲ ਵਧਾ ਕਿਹਾ ਗਿਆ ਪੰਜਾਬ ਦਾ 6ਵਾਂ ਦਰਿਆ ਭਰਵਕ ਦਾ ਦਰਿਆ ਸਰਦਾਰ ਮਹਿੰਦਰ ਸਿੰਘ ਰੰਧਾਵਾ ਹੁਆਣਾ ਜਿਨ੍ਹਾਂ ਦੀ ਬਦੌਲਤ ਸਾਡੇ ਸਾਡੇ ਪਰਿਵਾਰ ਦੇ ਦੁਬਾਰਾ ਪੈਰ ਟਿਕੇ ਤੇ ਰਾ ਕੇ ਨਹੀਂ ਤਾਂ ਉਧਰ ਬਹੁਤ ਜ਼ਿਆਦਾ ਵਸੇਬੇ ਦੇ ਲਈ ਸਾਡੇ ਕੋਲ ਸਾਧਨ ਸੀਗੇ ਜਿਹੜੇ ਇੱਧਰ ਆ ਕੇ ਸਾਡੇ ਤੋਂ ਖੋਹ ਲੈ ਗਏ ਸਮਾਂ ਬਹੁਤ ਜ਼ਾਲਮ ਆ ਜੀ ਉਸ ਵੇਲੇ ਦਾ ਹਾਂਜੀ ਸੋ ਜਦੋਂ ਜਦੋਂ ਗੱਲਾਂ ਚੱਲਦੀਆਂ ਜਿਹੜੀ ਤੁਸੀਂ ਗੱਲ ਕਹੀ ਬਹੁਤ ਬਹੁਤ ਇਮੋਸ਼ਨਲ ਬੜੀ ਜਜ਼ਬਾਤੀ ਗੱਲ ਹੈ ਜੀ ਉਹ ਮਾਤਾ ਮੇਰੀ ਦੀ ਜਿਹੜੀ ਉਮਰ ਬਹੁਤ ਛੋਟੀ ਸੀ ਤੇ ਨਾਨੀ ਸਾਡੀ ਨੇ ਕੁਛੜ ਚੱਕ ਕੇ ਜਦੋਂ ਆਪਣੇ ਤਾਇਆ ਜੀ ਦੇ ਗੱਡੇ ਤੇ ਬਹਿਣ ਲੱਗੇ ਸਾਡੇ ਮਾਤਾ ਹੁਣੀ ਹਾਂਜੀ ਤਾਂ ਸਾਡੀ ਨਾਨੀ ਨੇ ਜੀ ਨਲਕਾ ਗੇੜ ਕੇ ਤਾਂ ਉਹਦੇ ਵਿੱਚੋਂ ਪਾਣੀ ਬਹੁਤ ਮਿੱਠਾ ਪਾਣੀ ਸੀ ਜੀ ਬਹੁਤ ਭਾਰਾ ਪਾਣੀ ਸੀ ਪੂਰਾ ਖਣਜ ਭਰਪੂਰ ਪਾਣੀ ਸੀ ਉੱਥੇ ਦਾ ਅੱਛਾ ਜੀ ਤੇ ਫਸਲਾਂ ਜਿਹੜੀਆਂ ਬੰਦੇ ਜਿਹੜੀਆਂ ਫਸਲਾਂ ਹੁੰਦੀਆਂ ਸੀ ਜੀ ਕਪਾਹ ਜਿਹੜਾ ਨਰਮਾ ਜੀ ਉਹ ਬਹੁਤ ਖਿੜਿਆ ਸੀ ਹਾਂ ਤੇ ਫਸਲਾਂ ਬਹੁਤ ਭਾਰੀਆਂ ਛੱਡ ਕੇ ਆਉਣਾ ਪਿਆ ਨਾਨਕਿਆਂ ਨੂੰ ਤੇ ਉਹ ਕਹਿੰਦੇ ਵੀ ਮਾਤਾ ਦੇ ਮੋਹ ਚੋਂ ਹੀ ਪਾਣੀ ਪਾਇਆ ਚੂਲੀ ਚੋਂ ਕਹਿੰਦੇ ਵੀ ਪੀਲਾ ਮਾਲ ਮੁੜ ਕੇ ਪਤਾ ਨਹੀਂ ਕਰਮਾ ਚ ਹੋਣਾ ਕਿ ਨਹੀਂ ਹੋਣਾ ਹਾਂ ਤੇ ਮੁੜ ਕੇ ਜਦੋਂ ਮੈਨੂੰ ਮੌਕਾ ਮਿਲਿਆ ਜੀ ਲਗਭਗ 73 ਸਾਲ ਬਾਅਦ ਹਾਂ ਤੁਸੀਂ ਜਾਣਦੇ ਆ ਮੇਰਾ ਨੱਕਾ ਵੀਰਾ ਨਫਤੇਜ ਰੰਧਾਵਾ ਉਹਨਾਂ ਨੇ ਯਤਨ ਕੀਤੇ ਜਦੋਂ ਮੈਂ ਉਹਨਾਂ ਨੇ ਜਦੋਂ ਮਾਰ ਉਹਨਾਂ ਨੇ ਕਹਾਣੀ ਸੁਣਾਉਣੀ ਤਾਂ ਮੇਰੀਆਂ ਅੱਖਾਂ ਨਮ ਹੋ ਜਾਣੀਆਂ ਉਹਨਾਂ ਨੇ ਮੈਨੂੰ ਕਹਿਣਾ ਨਹੀਂ ਭਾਜੀ ਆਪਾਂ ਚਲਾਂਗੇ ਇੱਕ ਦਿਨ ਆਪਾਂ ਉਸ ਨਾਲਕੇ ਦਾ ਪਾਣੀ ਲਿਆ ਕੇ ਤੁਹਾਡੀ ਮਾਤਾ ਨੂੰ ਪੋਲਣਾ ਜ਼ਰੂਰ ਆ ਤੇ ਫਿਰ ਸਮਾਂ ਆਇਆ ਜੀ ਵੀਜ਼ੇ ਲੱਗਾ ਸਾਰੇ ਪ੍ਰੋਸੈਸ ਹੋ ਗਏ ਤੁਸੀਂ ਸੰਤਾਰ ਭਾਜੀ ਯਕੀਨ ਨਹੀਂ ਕਰਨਾ ਜਦੋਂ ਮੈਂ ਬਾਦਰ ਟੱਪਿਆ ਨਾ ਜੀ ਠਾਰੀ ਵਾਂਗਾ ਬਾਦਰ ਟੱਪਿਆ ਹਾਂ ਮੈਂ 2 ਕਮਿੰਟ ਵਾਸਤੇ ਮੈਨੂੰ ਇਦਾਂ ਲੱਗਾ ਜਿਵੇਂ ਮੈਂ ਕਿਸੇ ਹੋਰ ਯੁੱਗ 'ਚ ਆ ਗਿਆ ਮੈਂ ਸ਼ੇਰੇ ਪੰਜਾਬ ਦੀ ਕਿਸੇ ਸਲਤਨਤ ਦੇ ਵਿੱਚ ਐਂਟਰ ਹੋਇਆ ਮੈਨੂੰ ਇਦਾਂ ਲੱਗਾ ਹਾਂ ਤੇ ਮੋਰੇ ਜਿਹੜਾ ਪਠਾਨ ਖੜਾ ਸੀ ਜੀ ਉਹ ਰੇਂਜਰ ਸੀ ਜਿਹੜਾ ਉਹਨੇ ਹੀ ਮੈਨੂੰ ਇਹੀ ਕਹਿ ਕੇ ਸੰਬੋਧਨ ਕੀਤਾ ਹਾਂ ਤੁਹਾਨੂੰ ਖੁਸ਼ ਆਮਦੀਦ ਸ਼ੇਰੇ ਪੰਜਾਬ ਖੁਸ਼ ਆਮਦੀਦ ਹਾਂ ਸੋ ਇਹ 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 ਗੱਲਾਂ ਜਿਹੜੀਆਂ ਨਾ ਜੀ ਇਹ ਮਹਿਸੂਸ ਹੀ ਕੀਤੀਆਂ ਜਾ ਸਕਦੀਆਂ ਪਰਵਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਨਾਲੇ ਇੱਕ ਦਿਲ ਵਿੱਚ ਵੀ ਜਿਹੜੀ ਆਪਣੇ ਦਿਲ ਤੇ ਇੱਕ ਲੱਗਿਓ ਹੁੰਦੀ ਨਾ ਕੋਈ ਚੋਟ ਰੱਖ ਲਓ ਚਾਹੇ ਇੱਕ ਤਿੱਕ ਤਾਂ ਆਪਣੇ ਤੇ ਸਿੱਧੀ ਲੱਗਦੀ ਆ ਇੱਕ ਜਿਹੜੀਆਂ ਸਾਡੀਆਂ ਇਹ ਚੋਟਾਂ ਆ ਇਹ ਡੀਐਨਏ ਦੇ ਨਾਲ ਵੀ ਸਾਨੂੰ ਅੱਗੇ ਤੋਂ ਅੱਗੇ ਮਿਲਦੀਆਂ ਨਾ ਤੋੜਦੀਆਂ ਜੀ ਤੋੜਦੀਆਂ ਇੱਕ ਸੰਤਾਰ ਬਾਜੀ ਹੋਰ ਚੀਜ਼ ਮੈਨੂੰ ਕਹਿਣ ਦੀ ਇਜਾਜ਼ਤ ਦਿਓ ਇੱਥੇ ਜਿਹੜੀ ਪਹਿਲੀ ਪੀੜ੍ਹੀ ਸੀ ਉਹਨਾਂ ਦੇ ਜ਼ਖਮ ਹਰੇ ਰਹੇ ਤਾਂ ਉਮਰ ਹਾਂ ਜਦੋਂ ਉਤਰੋਂ ਆਏ ਜੀ ਉਜਾੜੇ ਦਾ ਦੁੱਖ ਉਹਨਾਂ ਦੇ ਨਾਲ ਹੀ ਗਿਆ ਸਵਿਆਂ ਦੇ ਸੇਕ ਲੱਗਣ ਤੱਕ ਜਿਹੜੀ ਦੂਜੀ ਪੀੜ੍ਹੀ ਸੀ ਉਹਨੇ ਡਰਦੀ ਨੇ ਗੱਲ ਨਹੀਂ ਕੀਤੀ ਵੀ ਨਹੀਂ ਯਾਰ ਇਹਨਾਂ ਦੇ ਜ਼ਖਮ ਹਰੇ ਹੋ ਜਣੇ ਆ ਆਪਾਂ ਯਾਰ ਇਹ ਗੱਲ ਇਹਨਾਂ ਨਾਲ ਨਹੀਂ ਕਰਨੀ ਪਰ ਜਦੋਂ ਸਾਡੀ ਤੀਜੀ ਪੀੜ੍ਹੀ ਆਈ ਨਾ ਜੀ ਉਹਨਾਂ ਨੇ ਫਿਰ ਆਪਣੀ ਉਤਸੁਕਤਾ ਦੇ ਬਸ ਜਗਿਆਸਾ ਦੇ ਬਸ ਉਹਨਾਂ ਦੇ ਦਿਲ 'ਚ ਤਾਂ ਜਾਗੀ ਕਿ ਨਹੀਂ ਯਾਰ ਅਸੀਂ ਪਤਾ ਕਰੀਏ ਅਸੀਂ ਆਏ ਕਿੱਥੋਂ ਸੀ ਪੁਰੇ ਕਿੱਥੋਂ ਸੀ ਸਾਡੀ ਜ਼ਮੀਨ ਕਿੱਥੇ ਸੀ ਕਿਹੜੇ ਬਾਰ 'ਚ ਕਿੰਨੀ ਜ਼ਮੀਨ ਸੀ ਨੀਲੀ ਬਾਰ ਗੰਜੀ ਬਾਰ ਸੈਣੀ ਬਾਰ ਇਹ ਸਾਰੀਆਂ 12 ਆਬਾਦ ਹੋਈਆਂ ਸੀ ਤੁਸੀਂ ਜਾਣਦੇ ਹੋ ਹਾਂਜੀ ਹਾਂਜੀ ਸੋ ਇਹ ਇਹ ਜਦੋਂ ਗੱਲਾਂ ਚੱਲਦੀਆਂ ਚੱਲਦੀਆਂ ਗਈਆਂ ਤੇ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਨਾਨਾ ਜੀ ਦਾ ਬਹੁਤ ਵੱਡਾ ਯੋਗਦਾਨ ਸੀ ਜਦੋਂ ਸੈਣੀਬਾਰ ਹਾਈ ਸਕੂਲ ਉਹਨਾਂ ਨੇ ਉੱਥੇ ਜਿਹੜਾ ਉਹ ਸਥਾਪਿਤ ਕੀਤਾ ਸੀ ਮੈਂ ਉਹ ਲੱਭਦਾ ਲੱਭਦਾ ਉੱਥੇ ਪਹੁੰਚ ਗਿਆ ਜੀ ਆਪਣੇ ਸਾਥੀਆਂ ਦੇ ਨਾਲ ਤੇ ਜਦੋਂ ਅਸੀਂ ਉਹ ਪਿੰਡ 'ਚ ਪਹੁੰਚੇ ਜੀ ਤੇ ਜਿਹੜੇ ਪਿੰਡ ਦੇ ਚੌਧਰੀ ਸਗੇ ਐਤਵਾਰ ਦਾ ਦਿਨ ਸੀ ਸੰਤਾਰ ਭਾਜੀ ਹਾਂਜੀ ਤੇ ਉਹਨੇ ਉਹਨੇ ਜਾਣਦੇ ਹਾਂ ਉਹ ਸਾਨਕ ਪੱਤਰਕਾਰ ਸਾਡੇ ਜਿਹੜੇ ਮਿੱਤਰ ਆ ਨਾਸਰ ਢਿੱਲੋਂ ਨਹੀਂ ਤੁਸੀਂ ਜਾਣਦੇ ਹੀ ਬਹੁਤ ਪਿਆਰੇ ਵੀ ਸਾਡੇ ਉਹ ਉਹਨਾਂ ਨੇ ਜੀ ਪਿੰਡ ਦੇ ਚੌਧਰੀ ਨੂੰ ਪਹਿਲਾਂ ਸਾਨਕ ਪੱਤਰਕਾਰਿਕ ਭੇਜ ਕੇ ਮੋਟਰਸਾਈਕਲ ਤੇ ਦਾਸਤਾ ਵੀ ਇਦਾਂ ਦਾ ਕਰਕੇ ਪਰਮੇਂਦਰ ਹੁਣੀ ਆਇਆ ਵੀ ਸ਼ਨੀਵਾਰ ਦਾ ਜਨਮ ਹੈ ਇਹਨਾਂ ਦੀ ਮਾਤਾ ਦਾ ਵੀ ਸਾਨੂੰ ਇਹਨਾਂ ਇਹਨਾਂ ਦੇ ਮਰੱਬੇ ਦੀ ਇੱਕ ਪਿੰਡ ਦੇ ਲਾਗੇ ਮਰੱਬਾ ਸੀ ਸਾਡਾ ਚੱਕ 7 ਚੱਕ ਵੀ ਉਸ ਮਰੱਬੇ ਦੀ ਮਿੱਟੀ ਚਾਹੀਦੀ ਹੈ ਤੇ ਨਾਲ ਉਸ ਘਰ ਦਾ ਪਾਣੀ ਚਾਹੀਦਾ ਜਿੱਥੋਂ ਤੁਰਨ ਵਲ ਗਏ ਇਹਨਾਂ ਦੀ ਮਾਤਾ ਨੇ ਜਾਣ ਲੱਗਿਆ ਪਾਣੀ ਪੀਤਾ ਸੀ ਤੇ ਉਹ ਜੀ ਤੁਸੀਂ ਇਸ ਗੱਲ ਨੂੰ ਯਕੀਨ ਨਹੀਂ ਕਰਨਾ ਹੁਣ ਤਾਂ ਵੀਡੀਓਜ਼ ਦੇ ਵਿੱਚ ਵੀ ਉਹ ਗੱਲਾਂ ਸ਼ੋਕੇਸ ਹੋਣ ਲੱਗ ਪਈਆਂ ਉਹਨਾਂ ਨੇ ਜੀ ਇੱਕ ਦੋ ਜਿਹਦਾ ਗੱਡੇ ਰੇਂਜ ਕੀਤੇ ਜਿਨ੍ਹਾਂ ਦੇ ਉੱਤੇ ਖੜ ਕੇ ਪਿੰਡ ਦੇ ਚੌਧਰੀ ਨੇ ਕਿਹਾ ਵੀ ਪਿੰਡ ਵਾਲਿਓ ਪਿੰਡ ਦੇ ਅਸਲੀ ਮਾਲਕ ਆ ਹਾਂ 73 ਸਾਲ ਬਾਅਦ 73 ਸਾਲ ਬਾਅਦ ਕੋਈ ਬੰਦਾ ਇਦਾਂ ਕਹਿੰਦਾ ਨਹੀਂ ਭਾਜੀ ਨਹੀਂ ਨਹੀਂ ਤੇ ਇਹ ਵੀ ਉਹਨਾਂ ਦਾ ਬੜਾ ਜਿਗਰਾ ਆ ਇਹ ਤਾਂ ਦੇਖੋ ਕਿੰਨੀ ਵੱਡੀ ਮਹਿਮਾਨ ਨਵਾਜ਼ੀ ਆ ਤੇ ਕਿੱਡਾ ਵੱਡਾ ਜਿਗਰਾ ਹਾਂਜੀ ਹਾਂਜੀ ਫਿਰ ਅਸੀਂ ਉਸ ਘਰ ਚ ਗਏ ਜੀ ਉਹ ਔਰਤ ਜਿਹੜੀ ਉਸ ਹਾਤੇ ਚ ਸਾਡੇ 6 ਮਕਾਨ ਬਣ ਗਏ ਜਿਹੜਾ ਹਾਤਾ ਕਿਸੇ ਸਮੇ ਸਾਡੇ ਨਾਨੇ ਹੁਣੀ ਇਕੱਠੇ ਰਹਿੰਦੇ ਹੁੰਦੇ ਸੀ ਉੱਥੇ ਹਾਂਜੀ ਤੋਂ ਜਦੋਂ ਗਏ ਤੇ ਮੈਂ ਉਹਨਾਂ ਨੂੰ ਬਹੁਤ ਅਧੀਨਗੀ ਨਾਲ ਕਿਹਾ ਕਿ ਮੈਂ ਆਪਣੀ ਮਾਂ ਨੂੰ ਆ ਪਾਣੀ ਜ਼ਰੂਰ ਦੇਣਾ ਚਾਹਣਾ ਇਸੇ ਨਾਲ ਕਿਹੜਾ ਜਿੱਥੇ ਉਹਦਾ ਜਨਮ ਹੋਇਆ ਸੀ ਤੇ ਉਹ ਅੰਦਰ ਜਿਹੜੀ ਔਰਤ ਔਰਤ ਖੜੀ ਸੀ ਤੁਹਾਨੂੰ ਪਤਾ ਕਿ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਪਰਦਾ ਪੂਸ਼ੀ ਕਾਫੀ ਇਸਲਾਮ ਭਾਈਚਾਰੇ ਦੇ ਵਿੱਚ ਤੇ ਉਹਨਾਂ ਦੇ ਉਹ ਬੇਵਾਹ ਹੋ ਚੁੱਕੀ ਸੀ ਉਹ ਵਿਧਵਾ ਸੀ ਤੇ ਉਹਦੇ ਜਿਹੜੇ ਸਹੁਰਾ ਸਾਹਿਬ ਸੀ ਉਹਨਾਂ ਨੇ ਖਿੜਕੀ ਦੇ ਬਾਹਰੋਂ ਆਵਾਜ਼ ਮਾਰੀ ਕਹਿੰਦੇ ਬੇਟਾ ਇਹਨਾਂ ਨੂੰ ਕਿਸੇ ਬੋਤਲ 'ਚ ਉਸ ਨਲਕੇ ਦਾ ਪਾਣੀ ਭਰ ਕੇ ਦੇ ਹਾਂ ਤੇ ਉਹਨਾਂ ਨੇ ਵੀ ਉਹਨਾਂ ਨੇ ਵੀ ਪਰਦਾ ਕਰਕੇ ਖਿੜਕੀ ਦੇ ਉਹਲੇ ਆ ਬੁਰਕੇ ਦੇ ਨਾਲ ਮੂੰਹ ਟੱਕਿਆ ਸੀ ਉਹਨਾਂ ਦਾ ਔਰਤ ਦਾ ਉਹਨਾਂ ਨੇ ਵੀ ਮੈਨੂੰ ਅੰਦਰ ਉਹ ਖਿੜਕੀ 'ਚ ਉਹ ਇਹ ਗੱਲ ਕਹੀ ਕਹਿੰਦੇ ਭਾਈ ਜਾਨ ਅਸੀਂ ਤੇ ਚੌਂਕੀਦਾਰ ਆ ਮਾਲਕ ਤੁਸੀਂ ਹੋ ਤੁਸੀਂ ਆਪ ਆਓ ਨਾਲੇ ਪਾਣੀ ਪੀਓ ਤੇ ਨਾਲੇ ਪਾਣੀ ਲੈ ਜਾਓ ਜੀ ਹਾਂ ਸੋ ਇਹ ਇਹ ਬਹੁਤ ਜਜ਼ਬਾਤੀ ਸੰਝਾਂ ਜੀ ਇਹ ਖਤਮ ਨਹੀਂ ਹੋਣੀਆਂ ਕਦੇ ਵੀ ਨਹੀਂ ਖਤਮ ਨਹੀਂ ਇਹ ਤੇ ਨਾ ਹੋਣ ਨਹੀਂ 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 ਇਹ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਇਹ ਤਾਂ ਐਵੇਂ ਹੀ ਇਨਸਾਨਾਂ ਨੇ ਨਾ ਜਿਹੜਾ ਇੰਨੀ ਵਾਰੀ ਲੋਕਾਂ ਨੇ ਆਪਣੀ ਸਿਰਫ ਤਾਕਤ ਦੇ ਖਾਤਰ ਜਿਹੜੀ ਆਮ ਜਨਤਾ ਆ ਆਮ ਲੋਕ ਨੇ ਉਹਨਾਂ ਨੂੰ ਦਰੜਿਆ ਪੀਆ ਢਾਇਆ 100 ਬਾਰ ਜਦੋਂ ਇਦਾਂ ਹੋਇਆ ਇਤਿਹਾਸ ਦੇ ਵਿੱਚ ਨਾਲੇ ਸਮਾਂ ਬਦਲ ਗਿਆ ਜੀ ਦੇਖੋ ਤੁਸੀਂ ਆਪਣੇ ਮਾਨਸਿਕ ਰੁਝਾਨ ਦੀ ਗੱਲ ਕਰ ਲਓ ਜਦੋਂ ਸੰਤਾਰ ਹੀਰ ਤੇ ਬਰਮਿੰਦਰ ਪਾਪਾ ਤੋਂ ਪਿੰਡੋਂ ਤੁਰੇ ਸੀ ਹਾਂ ਜੀ ਉਹਨਾਂ ਨੂੰ ਜਿਹੜਾ ਵਤਨਾ ਦਾ ਹੀਰਵਾ ਕਿੰਨੇ ਲੰਬੇ ਸਮੇਂ ਤੱਕ ਉਹਨਾਂ ਦੇ ਨਾਲ ਪਰਛਾਵੇਂ ਵਾਂਗੂ ਰਿਹਾ ਮੈਂ ਗੀਤ ਵੀ ਸੁਣਦਾ ਹਾਂ ਕਦੇ-ਕਦੇ ਵੀ ਦੱਸੋ ਕਿਹੜਾ ਰੋਇਆ ਨੀ ਯਾਰ ਉਹ ਪਿੰਡ ਛੱਡ ਕੇ ਸਾਡੇ ਧਾਮ ਨਹੀਂ ਗਿਆ ਹਾਂ ਤੇ ਇਹ ਹੁਣ ਸਮਾਂ ਆ ਗਿਆ ਜੰਡੂ ਲਿੱਤਰਾਂ ਵਾਲੇ ਉਹਨਾਂ ਨਾਲ ਮੁਲਾਕਾਤ ਹੋ ਰਹੀ ਸੀ ਤੇ ਉਹਨਾਂ ਨੂੰ ਪੁੱਛਿਆ ਵੀ ਪੇ ਜੰਡੂ ਅੰਕਲ ਵੀ ਤੁਹਾਡੇ ਹਿਸਾਬ ਨਾਲ ਜਿਹੜਾ ਵਤਨਾ ਦਾ ਹੀਰਵਾ ਉਹਨੂੰ ਤੁਸੀਂ ਕਿਵੇਂ ਲੈਨੇ ਹੋ ਉਹਨਾਂ ਨੇ ਬੜੀ ਖੂਬਸੂਰਤ ਗੱਲ ਕੀਤੀ ਸੰਤਾਰ ਭਾਜੀ ਉਹ ਕਹਿੰਦੇ ਵੀ ਜਿਹੜੀ ਦਾ ਸਾਡੀ ਪੀੜ੍ਹੀ ਆ ਸੈਲਮਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਹਰਜਿੰਦਰ ਕੰਗ ਹੋਣੀ ਰਹਿੰਦੇ ਤੁਹਾਡੇ ਲਾਗੇ ਤੁਹਾਡੇ ਬਾਗ ਬਣੇ ਹਾਂ ਜੀ ਹਾਂ ਜੀ ਹਰਜਿੰਦਰ ਕੰਗ ਹੁਣਾ ਨੇ ਬਹੁਤ ਸੋਹਣੀ ਗੱਲ ਲਿਖੀ ਸੀ ਕਾਫੀ ਕਾਫੀ ਸਮਾਂ ਹੋ ਗਿਆ ਇਸ ਕਾਨੂੰ ਲਿਖੀ ਉਹਨਾਂ ਨੇ ਲਿਖਿਆ ਸੀ ਭਈ ਨਾ ਪੂਰੇ ਪਰਦੇਸੀ ਹੋਏ ਨਾ ਹੀ ਪੂਰੇ ਪਿੰਡ ਗਏ ਹਾਂ ਹੂੰ ਇੱਥੇ ਉਥੇ ਰਾਹਾਂ ਦੇ ਵਿੱਚ ਖਿੰਡਦੇ ਖਿੰਡਦੇ ਖਿੰਡ ਗਏ ਹਾਂ ਵਾਹ ਹੂੰ ਜਿਹੜਾ ਜਿਹੜਾ ਤੁਹਾਡਾ ਤੇ ਸਾਡਾ ਜਿਹੜਾ ਪੂਰ ਸੀਗਾ ਜੀ ਮੈਂ ਪੂਰ ਕਹਿ ਕੇ ਤਾਂ ਸੰਬੋਧਨ ਕਰਦਾ ਕਿਉਂਕਿ ਸਾਡਾ ਪੀੜੀ ਦਾ ਪੀੜੀ ਸਾਲ ਦਰ ਸਾਰ ਫਰਕ ਪੈਂਦਾ ਜਾਂਦਾ ਹਨਾ ਨੀ ਸੂਟ ਦਾ ਹੁਣ ਹੁਣ ਜੰਡੂ ਅੰਕਲ ਕਹਿੰਦੇ ਜੰਡੂ ਲਿੱਤਰਾਂ ਵਾਲੇ ਬਹੁਤ ਸਤਿਕਾਰਯੋਗ ਸਾਡੇ ਉਹ ਕਹਿੰਦੇ ਯਾਰ ਮਸਲਾ ਇਹ ਆ ਵੀ ਜਿਹੜੀ ਇੱਥੋਂ ਦੀ ਜੰਪਲ ਪੀੜੀ ਆ ਉਹਨਾਂ ਦਾ ਵਤਨ ਇਹ ਆ ਹਾਂ ਹਾਂ ਉਹ ਤੁਹਾਡੇ ਨਾਲ ਸੀ ਵਤਨਾ ਦਾ 헤ਰਵਾ ਉਹ ਕਹਿੰਦੇ ਵੀ ਇਹਨਾਂ ਦਾ ਪਤਨ ਇਹ ਆ ਜਦੋਂ ਇਹਨਾਂ ਨੇ ਤੁਹਾਨੂੰ ਕਹਿਣਾ ਵੀ ਪਾਪਾ ਜੀ ਹੁਣ ਮੈਂ ਨਿਊਜ਼ੀਲੈਂਡ ਛੱਡ ਕੇ ਮੈਨੂੰ ਸਵਿਟਜ਼ਰਲੈਂਡ ਦੇ ਵਿੱਚ ਵਧੀਆ ਪੈਕੇਜ ਮਿਲਦਾ ਮੈਂ ਉੱਥੇ ਜੌਬ ਕਰਨ ਚੱਲਾ ਆ ਜਾਂ ਚੱਲੀਆਂ ਉਹ ਕਹਿੰਦਾ ਯਾਰ ਫੇਰ ਫੇਰ ਤੁਸੀਂ ਕਹਿਣਾ ਲਿਆ ਯਾਰ ਵੀ ਇਹ ਕੀ ਗੱਲ ਹੋਈ ਹੈ ਨਾ ਤੇ ਉਹ ਤਬਦੀਲੀ ਜਿਹੜੀ ਤੁਸੀਂ ਗੱਲ ਕੀਤੀ ਤਬਦੀਲੀ ਸਦੀਆਂ ਤੋਂ ਸਮੇ ਦਾ ਨਿਜਮ ਆ ਤੇ ਪੰਜਾਬੀ ਜਿਵੇਂ ਤੁਸੀਂ ਇਸ਼ਾਰਾ ਕਰੇ ਦਿੱਤਾ ਇਸ ਗੱਲੋਂ ਰਿਸਕ ਲੈਣ ਦੇ ਵਿੱਚ ਕਦੇ ਵੀ ਮੈਂ ਦੇਖਿਆ ਵੀ ਘੱਟ ਨਹੀਂ ਹੁੰਦੇ ਦੂਜੀ ਗੱਲ ਆਪਾਂ ਵੋਕਲ ਬਹੁਤ ਆ ਜੀ ਮੈਨੂੰ ਇਹ ਵੀ ਲੱਗਦਾ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਪੰਜਾਬੀ ਗਾਣੇ ਨਹੀਂ ਪਰ ਤੁਸੀਂ ਇੱਕ ਹੋਰ ਦੇਖੋ ਨਾ ਜਿੱਦਾਂ ਹੁਣ ਸਾਡੇ ਜਿਹੜੇ ਦਾਦੇ ਪੜਦਾਦੇ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਆ ਕਿ ਇੱਕ ਐਨ ਐਚ ਆਰ ਤੋਂ ਆ ਰਹੇ ਆ ਹਾਂਜੀ 18 1890 'ਚ 1890 'ਚ ਫਮਣ ਸਿੰਘ ਗਿੱਲ ਪਿੰਡ ਚੜਿਕ हां देखो कितों दे ਆ ਰਹੇ ਪਰ ਜਦੋਂ ਉਹ ਲੋਕ ਆਏ ਆ ਉਹਨਾਂ ਲਈ ਬਹੁਤ ਮੁਸ਼ਕਲ ਸੀ ਉਹਨਾਂ ਦਾ ਪਤਾ ਨਹੀਂ ਜਾਨਕਿ 1% ਚਾਂਸ ਸੀ ਮੈਂ ਮੁੜ ਕੇ ਕਦੇ ਪੰਜਾਬ ਦੇਖਣਾ ਕਿ ਨਹੀਂ ਦੇਖਣਾ ਹਾਂਜੀ ਔਰ ਸਤਮ ਜ਼ਰੀਫੀ ਇਸ ਗੱਲ ਦੀ ਆ ਉਹ ਆਪਣੇ ਭਰਾ ਵੱਡੇ ਭਰਾ ਵੀਰ ਸਿੰਘ ਗਿੱਲ ਨੂੰ ਲੱਭਣ ਦੇ ਲਈ ਪਿੰਡੋਂ ਤੁਰੇ ਔਰ ਉਹਨਾਂ ਦਾ ਭਰਾ ਆਸਟ੍ਰੇਲੀਆ ਸੀ ਭਾਜੀ ਹਾਂ ਉਹ ਨਿਊਜ਼ੀਲੈਂਡ ਹੈ ਹੀ ਨਹੀਂ ਸੀ ਤੁਸੀਂ ਇਹ ਦੇਖੋ ਨਹੀਂ ਉਹੀ ਤਾਂ ਗੱਲ ਹੈ ਪਰ ਅੱਜ ਅੱਜ ਜੇ ਬਹੁਤੇ ਲੋਕਾਂ ਨੂੰ ਨਾ ਜਾਨਕਿ ਇੰਡੀਆ ਜਾਣ ਦੇ ਵਿੱਚ ਜਾਂ ਪੰਜਾਬ ਦੇਖਣ ਦਾ ਥੋੜਾ ਜਾਨਕਿ ਉਹਨਾਂ ਵਿੱਚ ਵਕਫਾ ਪੈ ਰਿਹਾ ਤਾਂ ਸਿਰਫ ਦੋ ਹੀ ਗੱਲਾਂ ਕਰਕੇ ਜਾਂ ਉਹ ਜ਼ਿਆਦਾ ਬਿਜ਼ੀ ਆ ਜਾਂ ਉਹ ਟਿਕਟਾਂ ਦੀ ਸੇਲ ਲੱਭਦੇ ਆ ਹੈਨਾ ਕੀ ਬਾਤ ਆ ਕੀ ਬਾਤ ਆ ਹੁਣ ਤਾਂ ਹੁਣ ਤਾਂ ਇੰਨਾ ਸੌਖਾ ਆ ਕਿ ਜਾਨਕਿ ਤੁਸੀਂ ਦੇਖੋ ਟੈਕਨੋਲੋਜੀ ਕਿੰਨੀ ਵੱਧ ਗਈ ਆ ਅੱਗੇ ਤਾਂ ਕਿਸੇ ਨੇ ਤੁਸੀਂ ਨਾਨਕਿਆਂ ਨੂੰ ਜਾਣਾ ਤੇ ਤੁਹਾਨੂੰ ਪਤਾ ਵੀ ਗੰਡ ਬੰਨ ਕੇ ਤੁਰਨਾ ਪੈਂਦਾ ਸੀ ਤਾਂ ਹੀ ਕਹਿੰਦੇ ਸੀ ਜੇ ਕੋਈ ਛੇਤ ਤਾਰਦਾ ਜਾਓ ਨਾ ਜੇ ਕੋਈ ਆਹ ਕਰਦਾ ਜਾਓ ਨੇ ਕਿਉਂਕਿ ਪਤਾ ਨਹੀਂ ਕਿੰਨਾ ਲੰਮਾ ਸਫਰ ਹੋ ਜਾਣਾ ਹਾਂਜੀ ਜੀ ਹੋਰ ਤਾਂ ਸਫਰ ਇੰਨੇ ਛੋਟੇ ਹੋ ਗਏ ਆ ਹੁਣ ਤਾਂ ਸਿਰਫ ਬੰਦੇ ਕੋਲ ਇੱਕ ਥਾਂ ਤੋਂ ਦੂਜੀ ਥਾਂ ਵਸਣ ਲਈ ਹੌਸਲਾ ਹੀ ਚਾਹੀਦਾ ਜੇਹਾ ਕੋਈ ਮਾਲਪੁਰੋਂ ਆ ਕੇ ਜਲੰਧਰ ਬਸ ਗਿਆ ਜੇਹਾ ਅਤੇ ਹਾਈ ਕੋਈ ਮਾਲਪੁਰੋਂ ਆ ਕੇ ਓਕਲੈਂਡ ਬਸ ਗਿਆ ਹਾਂਜੀ ਪਰ ਖੂਬਸੂਰਤੀ ਇਸ ਗੱਲ ਦੀ ਆ ਵੀ ਜੇਜੋਂ ਦੇ ਪੇੜੇ ਵੀ ਸਾਡੀ ਪਹੁੰਚ ਵਿੱਚ ਹੀ ਆ ਹਾਂਜੀ ਪਹੁੰਚ 'ਚ ਹੁਣ ਜ਼ਿਆਦਾ ਜਦੋਂ ਅਸੀਂ ਪਹਿਲਾਂ ਇੰਡੀਆ ਸਕੇ ਜੀ ਮੈਂ ਸਿਰਫ ਇੱਕ ਵਾਰ ਜ਼ਿੰਦਗੀ ਚ ਪੇੜੇ ਖਾਦੇ ਸੀ ਹਾਂਜੀ ਜੇਜੋਂ ਦਾ ਤੇ ਉਹ ਕਿਉਂਕਿ ਆਪਣੇ ਨਾਨਕੀ ਜਾਣਾ ਕਿਤੇ ਤੇ ਉੱਥੋਂ ਉਹਨਾਂ ਨੇ ਫਿਰ ਉਹ ਕਿਹੜਾ ਫਦਾ ਹੀ ਚਲ ਜਾਂਦੇ ਸੀ ਜੇਜੋਂ ਨੂੰ ਨਾ ਉੱਥੋਂ ਹੀ ਮੁੜਿਆ ਨਾ ਸਹੀ ਗੱਲ ਸਹੀ ਗੱਲ ਸਕੇ ਕੋਲੀ ਪਰ ਫਿਰ ਵੀ ਨਹੀਂ ਖਾਣੇ ਤੇ ਹੁਣ ਇੰਨੀ ਵਾਰ ਖਾ ਚੁੱਕੇ ਹਾਂ ਇੱਕ ਦਿਨ ਮੈਨੂੰ ਜੇਜੋਂ ਦੇ ਪੇੜੇ ਵੀ ਜਦ ਕੇ ਤੁਸੀਂਾਂ ਚ ਸਭ ਤੋਂ ਸੋਹਣੇ ਪੇੜੇ ਆ ਤੇ ਮੈਨੂੰ ਹੁਣ ਉਹ ਚੇਤਾ ਜਦੋਂ ਮੈਂ ਆਖਰੀ ਵਾਰ ਖਾਦੇ ਨਾ ਤੇ ਮੈਨੂੰ ਉਹ ਪੇੜਾ ਫੜਾਇਆ ਜੀ ਕਿਸੇ ਨੇ ਘਰ ਦੇ ਬੰਦੇ ਨੇ ਤੇ ਮੈਂ ਮਾੜਾ ਜਿਹਾ ਖਾ ਕੇ ਉਹ ਥੱਲੇ ਰੱਖ ਦਿੱਤਾ ਕਹਿੰਦੇ ਕੀ ਗੱਲ ਹੋਈ ਮੈਂ ਕਿਹਾ ਯਾਰ ਲੈ ਚਿੰਗਾ ਬਹੁਤ ਆ ਆਬੇਇਲੇਬਿਲਟੀ ਦਾ ਇਹ ਹਰ ਇੱਕ ਤੇ ਅਸਰ ਬਿਲਕੁਲ ਹਰ ਇੱਕ ਤੇ ਅਸਰ ਪੈਂਦਾ ਕੋਈ ਬੰਦਾ ਇਸ ਗੱਲ ਤੋਂ ਇਮਿਊਨ ਨਹੀਂ ਹੈਗਾ ਜਿਹੜਾ ਜਿਹੜਾ ਸੰਤਾਰਪਾਲ ਜੀ ਜਿਹੜਾ ਹੁਣ ਸਾਡੀ ਅਗਲੀ ਪੀੜ੍ਹੀ ਵੀ ਆ ਨਾ ਹਾਂਜੀ ਸਰਫ ਇਹ ਨਹੀਂ ਆ ਕਿ ਜਦੋਂ ਤੁਸੀਂ ਉਹਨਾਂ ਨੂੰ ਲਲਕਾਰੇ ਮਾਰ ਲਈ ਕਹਿੰਦੇ ਆ ਤਾਂ ਕਈ ਵਾਰੀ ਉਹ ਲਲਕਾਰੇ ਜਿਹੜੇ ਆ ਉਹਨਾਂ ਦਾ ਮੁਖਾਂਦਰਾ ਬਦਲ ਗਿਆ ਉਹ ਉਹ ਕੂਕਾਂ ਚ ਉਹ ਕੂਕਾਂ ਚ ਬਦਲ ਗਿਆ ਲੇਕਿਨ ਕਿਤੇ ਨਾ ਕਿਤੇ ਉਹ ਜਿਹੜੀ ਇਨਸਟਿੰਕਟ ਹੈ ਜਿਹੜਾ ਮਾਦਾ ਹੈ ਉਹ ਹੈਗਾ ਹੈ ਜੀ ਹਾਂ ਜੀ ਨਾਲੇ ਜਿੱਥੇ ਬੰਦਾ ਕੋਈ ਜੰਮਦਾ ਨਾ ਜੀ ਉਹ ਉਹਦੇ ਵਿੱਚੋਂ ਕਦੇ ਵੀ ਨਿਕਲ ਨਹੀਂ ਸਕਦਾ ਉਹਦਾ ਉਹਦੀ ਜਿਹੜੀ ਮਾਤ ਭੂਮੀ ਉਹ ਉਹੀ ਰਹਿਣੀ ਆ ਤੇ ਮੈਨੂੰ ਇੱਕ ਵਾਰ ਨਾ ਆਪਣੇ ਕੋਈ ਕਿਸੇ ਨੇ ਪੁੱਛਿਆ ਕਹਿੰਦੇ ਜੇ ਮੰਗਲ ਗ੍ਰਹਿ ਤੇ ਯਾਰ ਚਲ ਗਏ ਤੇ ਉੱਥੋਂ ਤਾਂ ਮੁੜ ਕੇ ਨਹੀਂ ਆਉਣਾ ਉਹ ਫਿਰ ਲੋਕ ਕਿੱਦਾਂ ਜਾ ਕੇ ਉੱਥੇ ਬਸੂਗੇ ਆਹ ਮੈਂ ਕਿਹਾ ਬਸਣ ਦਾ ਕੀ ਆ ਇੱਕ ਜਿਹੜਾ ਜਹਾਜ਼ ਉੱਥੇ ਲੈ ਜਾਣਾ ਜਿਨ੍ਹਾਂ ਨੇ ਇੱਥੋਂ ਜਾਣਾ ਉਹਨਾਂ ਨੇ ਮੁੜ ਕੇ ਧਰਤੀ ਤੇ ਆਉਣ ਨੂੰ ਤੜਫਦੇ ਮਰ ਜਾਣਾ ਜਿਨ੍ਹਾਂ ਨੇ ਉੱਥੇ ਜੰਮਣਾ ਉਹਨਾਂ ਲਈ ਮੰਗਲ ਹੀ ਮਾਤ ਭੂਮੀ ਆ ਹਾਂ ਜਿਵੇਂ ਪਹਿਲਿਆਂ ਦੇ ਵਿੱਚ ਫਿਜ਼ਿਕ ਹੈ ਜੀ ਬੰਦੇ ਆਪਣੇ ਫਿਜ਼ੀ ਆਈ ਲੈ ਹਾਂ ਹਾਂ ਉਹ ਉਹ ਇਦਾਂ ਹੀ ਹੋਈ ਜੀ ਉਹਨਾਂ ਦੇ ਨਾਲ ਉਹਨਾਂ ਦੇ ਵਿਆਹ ਵੀ ਉੱਥੇ ਹੋ ਗਿਆ ਕਿਉਂਕਿ ਉਹਨਾਂ ਟਾਈਮਾਂ 'ਚ 3000 ਡਾਲਰ ਦੀ ਟ੍ਰੈਕਟ ਆਉਂਦੀ ਸੀ ਜੇ ਇੰਡੀਆ ਦੀ ਉਸੇ ਫਿਰ ਉੱਥੇ ਮਿਕਸਜਾ ਹੋ ਗਿਆ ਕਲਚਰ ਉਹਨਾਂ ਦਾ ਤੇ ਉਹ ਸਾਡੇ ਤੋਂ ਵੀ ਪਹਿਲਾਂ ਤੇ ਆਇਆ ਉਹ ਉੱਥੇ ਵਿਚਾਰੇ ਆਪਣੇ ਹਿਸਾਬ ਦੇ ਨਾਲ ਰਹੇ ਗੰਨੇ ਦੀ ਖੇਤੀ ਦੇ ਵਿੱਚ ਕਿਉਂਕਿ ਬ੍ਰਿਟਿਸ਼ ਕਲੋਨੀ ਸੀ ਤੇ ਇੰਡੈਂਟਡ ਲੇਬਰ ਦੇ ਤੌਰ ਤੇ ਉਹਨਾਂ ਨੇ ਬਹੁਤ ਸਟਰਗਲ ਕੀਤੀ ਕਈ ਗੱਲਾਂ ਜਿਹੜੀਆਂ ਥੋੜੀਆਂ ਜਿਮੈਨੂੰ ਲੱਗਦਾ ਸੰਜੀਦਾ ਹੋ ਗਈਆਂ ਪਰ ਮੈਂ ਜਿਹੜਾ ਪੰਜਾਬੀਆਂ ਦੀ ਏਕਾ ਦਾ ਤਾਜੀ ਪੀ ਪੀ ਔਖੇ ਤੋਂ ਔਖੇ ਸਮਿਆਂ ਵਿੱਚ ਵੀ ਜਿਵੇਂ ਪਾਸ਼ ਨੇ ਕਿਹਾ ਸੀ ਨਾ ਵੀ ਸਾਡੇ ਲਹੂ ਕਿਆ ਫਾਂ ਸੁਲੀ ਤੇ ਚੜ ਕੇ ਵੀ ਜਿੱਤ ਦੇ ਜਸ਼ਨਾਂ ਦੇ ਗੀਤ ਛੋਲੀਦੇ ਆ ਸੋ ਮੈਂ ਜਦਾਂ ਨਿੱਜੀ ਤੌਰ ਤੇ ਬਹੁਤ ਵਾਰ ਆਪਣੇ ਸਾਥੀਆਂ ਨਾਲ ਵੀ ਗੱਲ ਕਰਦਾ ਹਾਂ ਸਾਡੇ ਇੱਥੇ ਜਦਾਂ ਹੁਣ ਵੀਰੇ ਜਿਹੜੇ ক্লোਜ਼ ਸਰਕਲ ਦੇ ਵਿੱਚ ਮਿੱਤਰ ਹੈਗੇ ਆ ਹਾਂ ਜੀ ਉਹਨਾਂ ਨਾਲ ਕਈ ਵਾਰ ਮੈਂ ਗੱਲ ਕਰਦਾ ਹਾਂ ਵੀ ਮਾੜੇ ਤੋਂ ਮਾੜੇ ਹਾਲਾਤਾਂ ਵਿੱਚ ਵੀ ਪੰਜਾਬੀ ਜਿਹੜੇ ਆ ਉਹ ਸਰਵਾਈਵ ਐਂਡ ਥਰਾਈਵ ਕਰਦੇ ਆ ਜੀ ਕਰਦੇ ਆ ਕਰਦੇ ਆ ਪਰ ਇਹ ਸਾਡੇ ਇਹ ਸਾਡੇ ਇਤਿਹਾਸ ਦੀ ਦੇਣ ਆ ਸਾਨੂੰ ਜਿਹੜੇ ਸਾਡੇ ਪੁਰਖੇ ਔਖੇ ਹੋਏ ਆ ਪਤਾ ਨਹੀਂ ਉਹਨਾਂ ਨੇ ਕਿੰਨਾ-ਕਿੰਨਾ ਦੇ ਟਾਈਮ ਗੁਜ਼ਾਰੇ ਭੁੱਖਿਆਂ ਨੇ ਧਿਆਆਂ ਨੇ ਹੁਣਿੰਦਿਆਂ ਨੇ ਜਦੋਂ ਹਮਲਾਵਰ ਹਮਲੇ ਕਰਦੇ ਸੀ ਪਰ ਜਿਹੜੀਆਂ ਉਹੀ ਚੀਜ਼ਾਂ ਆ ਉਹ ਹੁਣ ਸਾਨੂੰ ਫਾਇਦਾ ਦਿੰਦੀਆਂ ਉਹਦੇ ਕਰਕੇ ਸਾਡੇ 'ਚ ਬਹਾਦਰੀ ਆ ਉਹਦੇ ਕਰਕੇ ਸਾਡੇ 'ਚ ਦਲੇਰੀ ਆ ਉਹਦੇ ਕਰਕੇ ਸਾਡੇ ਵਿੱਚ ਥਾਂ-ਥਾਂ ਜਾ ਕੇ ਬਸਣ ਦੀ ਹਿੰਮਤ ਆ ਜੀਟੀ ਪਰ ਜੀ ਆਪਾਂ ਤਾਂ ਇਹੀ ਕਹਿੰਨੇ ਆ ਕਿ ਜਿੱਦਾਂ ਤੁਸੀਂ ਕਰ ਰਹੇ ਆ ਬਾਹਰ ਆ ਕੇ ਆਪਣੇ ਕੰਮ ਸਾਰੇ ਸੈੱਟ ਕਰਕੇ ਤੁਸੀਂ ਫਿਰ ਵੀ ਕਿੰਨਾ ਸਮਾਂ ਕੱਢ ਕੇ ਪੰਜਾਬੀ ਨੂੰ ਪੰਜਾਬੀ ਸਾਹਿਤ ਨੂੰ ਪੰਜਾਬੀ ਇਤਿਹਾਸ ਨੂੰ ਤੇ ਪੰਜਾਬੀ ਦੀ ਤਰੱਕੀ ਨੂੰ ਦੇ ਰਹੇ ਆ ਤੇ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਸਾਰੇ ਪੰਜਾਬੀਆਂ ਨੂੰ ਕਿ ਜਿਹੜਾ ਵੀ ਬੰਦਾ ਬਣਦਾ ਸਰਦਾ ਆ ਜਿਹਦੇ ਘਰ ਦਾ ਗੁਜ਼ਾਰਾ ਠੀਕ ਚੱਲ ਰਿਹਾ ਬਾਹਰਲੇ ਮੁਲਕਾਂ 'ਚ ਆ ਕੇ ਉਹ ਆਪਣੇ ਕੰਮਕਾਰਾਂ 'ਚੋਂ ਥੋੜਾ ਬਹੁਤਾ ਸਮਾਂ ਕੱਢ ਕੇ ਬਸ ਆਹੀ ਆ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਇਦਾਂ ਦੀ ਗੱਲ ਕਰਨ ਨਾਲੇ ਗੱਲ ਵੱਧ ਜਾਂਦੀ ਆ ਹੋਰ ਬਸ ਕੋਈ ਨਾ ਕੋਈ ਗੱਲ ਕਰੋ ਪੰਜਾਬੀ ਨੂੰ ਅੱਗੇ ਵਧਾਓ ਤੇ ਤਾਂ ਕਿ ਅੱਗੇ ਸਾਡੀਆਂ ਆੜ ਵਾਲੀਆਂ ਪੀੜ੍ਹੀਆਂ ਦੇ ਵਿੱਚ ਉਹਨਾਂ ਦੀ ਵੀ ਇਹ ਜ਼ੁਬਾਨ ਬਣ ਕੇ ਅੱਗੇ ਤੁਰੇ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਸਹੀ ਔਰ ਤੁਸੀਂ ਇਹ ਦੇਖੋ ਕਿ ਜਦੋਂ ਸਾਡੇ ਵਡੇਰਿਆਂ ਨੇ ਪੈਰ ਧਰਿਆ ਸੀ ਤੁਹਾਡੇ ਦਾਦਾ ਜੀ ਜਿਹੜੇ ਜਦਾਂ ਟੈਂਬਾਂ ਦੇ ਵਿੱਚ ਉਦੋਂ ਮਰਖਲ ਕੈਲੀਫੋਰਨੀਆ ਗਏ ਸੀ ਜਾਂ ਇੰਗਲੈਂਡ ਗਏ ਸੀ ਹਾਂਜੀ ਇੱਕ ਸਾਡੇ ਉਹ ਦੋ ਭਰਾ ਸਕੇ ਇੱਕ ਕੈਲੀਫੋਰਨੀਆ ਗਏ ਸੀਗੇ ਤੇ ਇੱਕ ਗਏ ਸੀਗੇ ਜੀ ਇੰਗਲੈਂਡ ਸਕਾਟਲੈਂਡ ਹਾਂਜੀ ਕੀ ਬਾਤ ਆ ਦੇਖ ਲਓ ਉਹਨਾਂ ਟਾਈਮਾਂ ਤੋਂ ਵੀ ਪਹਿਲਾਂ ਦੇ ਆਪਣੇ ਬੰਦੇ ਜਿਹੜੇ ਆ ਉਹ ਵਿਕਟੋਰੀਅਨ ਸਿਪਾਹੀ ਦੇ ਤੌਰ ਤੇ ਜਾਂ ਜਿਵੇਂ ਵੀ ਕਹਿ ਲਓ ਪਹਿਲਾਂ ਤੋਂ ਹੀ ਇਹ ਜਿਹੜਾ ਪ੍ਰਵਾਸ ਆ ਸਾਡੇ ਨਾਲ ਜੁੜਿਆ ਰਿਹਾ ਲੇਕਿਨ ਇਹ ਆ ਵੀ ਅਸੀਂ ਖੜੇ ਮੱਥੇ ਹਰੇ ਕੋਕੜ ਨੂੰ ਪੂਰੀ ਸ਼ਾਨ ਦੇ ਨਾਲ ਪ੍ਰਵਾਨ ਕੀਤਾ ਜੀ ਮਹਾਰਾਜ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਕੋਲ ਗੱਲਾਂ ਤਾਂ ਬਹੁਤ ਆ ਤੇ ਆਪਾਂ ਫੇਰ ਕਿਸੇ ਦਿਨ ਇਦਾਂ ਹੀ ਕਰਾਂਗੇ ਤੇ ਪਰ ਕਿਸੇ ਫੇਰ ਹੋਰ ਸਬਜੈਕਟ ਤੇ ਸਾਹਿਤ ਤੇ ਜਾਂ ਕੋਈ ਹੋਰ ਇਦਾਂ ਦੀ ਗੱਲ ਤੇ ਇੱਕ ਤੁਹਾਡੇ ਕੋਲ ਹੋਰ ਵੀ ਆਪਣਾ ਆਪਾਂ ਤੁਹਾਡੇ ਕੋਲੋਂ ਕਿਸੇ ਦਿਨ ਜਸੋਵਾਲ ਹੁਣਾ ਦੀਆਂ ਵੀ ਗੱਲਾਂ ਸੁਣਨਾ ਜੀ ਠੀਕ ਹੈ ਜੀ ਉਹ ਤਾਂ ਉਹ ਤਾਂ ਪੂਰੀਆਂ ਸੁਣਾਗੇ ਜੀ ਪਰ ਇੱਕ ਗੱਲ ਆ ਮੈਂ ਉਹਨਾਂ ਤੋਂ ਨਾ ਜ਼ਿੰਦਗੀ ਦੇ ਵਿੱਚ ਉਹ ਕਿ ਵਿਅਕਤੀ ਨਹੀਂ ਸੀ ਸੰਸਥਾ ਸੀਗੇ ਉਹ ਉਹਨਾਂ ਨੂੰ ਮੈਂ ਇੱਕ ਵਿਅਕਤੀ ਦੇ ਤੌਰ ਤੇ ਨਹੀਂ ਦੇਖਦਾ ਸੋ ਬਹੁਤ ਮਾਰ ਹਾਸਲ ਹੋਇਆ ਕਿ ਉਹਨਾਂ ਦੇ ਨਾਲ ਵੀ ਕਾਫੀ ਸਮਾਂ ਗੁਜ਼ਾਰਿਆ ਸੋ ਇੱਕ ਗੱਲ ਮੈਂ ਬਹੁਤ ਖੂਬਸੂਰਤੀ ਜਿਹੜੀ ਜਿਹੜੀ ਉਹਨਾਂ ਤੋਂ ਜ਼ਿੰਦਗੀ ਦੀ ਸਿੱਖੀ ਕਿ ਉਹਨੇ ਕਦੇ ਵੀ ਕਿਸੇ ਵੀ ਹਾਲਤ ਦੇ ਵਿੱਚ ਹਾਰਨਾ ਨਹੀਂ ਸਿੱਖਿਆ ਜੀ ਵੱਡੇ ਤੋਂ ਵੱਡੇ ਮੇਲੇ ਕਰਾਉਣੇ ਕਿਵੇਂ ਮੈਨੇਜ ਕਰਨਾ ਉਹਨਾਂ ਨੂੰ ਔਰ ਬੜੀ ਚੜ੍ਹਦੀ ਕਲਾ 'ਚ ਰਹਿਣ ਵਾਲੇ ਲੋਕ ਸੀਗੇ ਜੀ ਔਰ ਇਸ ਤਰ੍ਹਾਂ ਦੀਆਂ ਰੂਹਾਂ ਬਹੁਤ ਘੱਟ ਮਿਲਦੀਆਂ ਅੱਜ ਦੇ ਸਮੇਂ ਦੇ ਵਿੱਚ ਹਾਂਜੀ 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 ਜੀ ਇਹ ਇਹ ਆਪਣੇ ਸਮੇਂ ਚੋ ਕੋਈ ਹੀ ਗੱਲ ਆ ਗਈ ਫੇਰ ਆਪਣੇ ਸਮੇਂ ਚੋ ਸਮਾਂ ਕੱਢ ਕੇ ਸਮਾਂ ਦੇਣਾ ਪੈਣਾ ਤੇ ਤਾਂ ਹੀ ਇਹ ਕੰਮ ਤੁਰਦੇ ਆ ਜੀ ਤੇ ਮਹਾਰਾਜ ਉਹ ਵੀ ਗੱਲਾਂ ਕਰਾਂਗੇ ਉਹ ਫੇਰ ਆਪਾਂ ਹਾਸੇ ਮਜ਼ਾਕ ਵਾਲੀ ਫੇਰ ਹੋਊਗੀ ਉਹ ਵਧੀਆ ਉਹ ਵੀ ਕਰਾਂਗੇ ਜੀ ਕਿਸੇ ਦਿਨ ਜੇ ਗਲਤੀਆਂ ਗਲਤੀਆਂ ਬਹੁਤ ਰਹਿ ਗਈਆਂ ਆਉਣੀਆਂ ਕਿਉਂਕਿ ਤੁਸੀਂ ਬਹੁਤ ਗੁਣੀ ਗਿਆਨੀ ਬੰਦੇ ਆ ਕਿਸ਼ਨਪੂਰੀ ਸਾਹਿਬ ਦਾ ਖਿਆਲ ਮਹਾਰਾਜ ਤੁਸੀਂ ਤਾਂ ਹਾਂਜੀ ਹਾਂਜੀ ਕਿਸ਼ਨਪੂਰੀ ਸਾਹਿਬ ਦਾ ਇੱਕ ਖਿਆਲ ਆ ਮੈਂ ਉਹਦੇ ਨਾਲ ਅੱਗੇ ਲੈਣੀ ਚਾਹੂੰਗਾ ਕਿ ਜੇ ਗੁਨਰ ਕੋਈ ਦਿਸੇ ਤਾਂ ਨਸ਼ਰ ਕਰਿਓ ਮਿੱਤਰੋ ਜੀ ਜੇ ਹੁਨਰ ਕੋਈ ਦਿਸੇ ਤਾਂ ਨਸ਼ਰ ਕਰਿਓ ਮਿੱਤਰੋ ਐਬ ਮੇਰੇ ਆਪੇ ਹੀ ਲੈਣਾ ਕੱਜ ਮੇਰੇ ਦੋਸਤੋ ਬਹੁਤ ਮਿਹਰਬਾਨੀ ਸਖਤ ਬਾਣੀ ਚੜ੍ਹਦੀ ਕਲਾ ਚੜਾਓ ਮਹਾਰਾਜ ਇਦਾਂ ਹੀ ਬਸ ਹੱਸਦੇ ਬਸਦੇ ਰਹੋ ਤੇ ਆਪਾਂ ਫੇਰ ਕਿਸੇ ਦਿਨ ਫੇਰ ਇਦਾਂ ਹੀ ਸਾਹਜ ਪਾਉਂਦੇ ਆ ਜੀ ਤੇ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਮਹਾਰਾਜ ਸ਼ੁਕਰੀਆ ਜੀ ਤੁਸੀਂ ਮਿੱਤਰਾਂ ਦੀ ਸੂਚੀ ਦੇ ਵਿੱਚੋਂ ਇੱਕ ਵਾਰ ਫੇਰ ਮੈਨੂੰ ਪਰਸ਼ਾਨ ਕੇ ਲੱਭ ਕੇ ਦੁਨੀਆ ਦੇ ਏਡੇ ਦਰਾਡੇ ਹਿੱਸੇ ਦੇ ਵਿੱਚ ਯਾਦ ਕੀਤਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਧੰਨਵਾਦ ਪੰਜਾਬੀ ਪੌਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਹਫਤੇ ਇੱਕ ਨਵਾਂ ਐਪੀਸੋਡ ਪੰਜਾਬੀ ਪੌਡਕਾਸਟ ਦਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਜੇ ਤੁਸੀਂ ਪੰਜਾਬੀ ਪੌਡਕਾਸਟ ਨੂੰ ਹਲੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਤੇ ਇਹਨੂੰ ਆਪਣੇ ਕਿਸੇ ਮਿੱਤਰ ਦੋਸਤ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਅਗਲੇ ਹਫਤੇ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ